ਅਸਲਾਮ ਵਾਲੇਕੁਮ ਨਾਜ਼ਰੀਨ, ਤਸਲੀਮ ਆਬਾਦ ਸਟੂਡੀਓ 'ਚ ਤੁਹਾਨੂੰ ਖੁਸ਼ ਆਮਦੀਦ। ਅਤੇ ਅੱਜ ਇਸ ਸਟੂਡੀਓ ਦਾ ਪਹਿਲਾ ਪ੍ਰੋਗਰਾਮ, ਤੁਹਾਡੀ ਪੇਸ਼ੇ ਖਿਦਮਤ ਆ। ਅਤੇ ਉਮੀਦ ਕਰਦਾ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਏਗਾ। ਅਤੇ ਅੱਜ ਇਸ ਸਟੂਡੀਓ ਸਾਡੇ ਪਹਿਲੇ ਮਹਿਮਾਨ, ਇਸ ਪ੍ਰੋਗਰਾਮ ਦੇ ਪਹਿਲੇ ਮਹਿਮਾਨ ਖਵਾਜਾ ਸਰਾ, ਅਤੇ ਜਿਨ੍ਹਾਂ ਨੂੰ ਅਸੀਂ ਬਹੁਤ ਮੁਸ਼ਕਿਲ ਲੱਭਿਆ ਕਿਉਂਕਿ ਮਸਰੂਫ ਤਰੀਨ ਫਨਕਾਰ ਨੇ ਵੀ, ਲੇਕਿਨ ਉਹਨਾਂ ਨੇ ਕੁਛ ਦਿਲ ਦੀਆਂ ਗੱਲਾਂ ਕਰਨੀਆਂ ਸੀ ਉਹਨਾਂ ਨੇ ਸਾਡੇ ਨਾਲ, ਅਤੇ ਅਸੀਂ ਉਹਨਾਂ ਦੇ ਨਾਲ, ਅਤੇ ਅੱਜ ਇਕੱਠੇ ਹੋ ਗਏ ਹਾਂ ਅਤੇ ਤੁਹਾਨੂੰ ਮਿਲਾਉਂਦੇ, ਉਹਨਾਂ ਨਾਲ ਮੁਲਾਕਾਤ ਕਰਾਉਂਦੇ ਤੁਹਾਡੀ। ਅਤੇ ਸਾਡੇ ਨਾਲ ਮੌਜੂਦ ਨੇ ਇਸ ਟਾਈਮ ਮੈਡਮ ਕੋਮਲ। ਅਸਲਾਮ ਵਾਲੇਕੁਮ ਮੈਡਮ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਜੀ? ਠੀਕ ਠਾਕ। ਤੁਹਾਡੀ ਤਬੀਅਤ ਠੀਕ ਹੈ ਜੀ? ਅੱਲਾਹ ਪਾਕ ਦਾ ਬੜਾ ਕਰਮ, ਬੜਾ ਸ਼ੁਕਰ ਹੈ। ਅਸੀਂ ਨਾ ਕਾਫੀ ਦੇਰ ਤੋਂ ਸੋਚ ਰਹੇ ਸੀ ਤੁਹਾਡੇ ਨਾਲ ਮੁਲਾਕਾਤ ਹੋਵੇ, ਲੇਕਿਨ ਤੁਹਾਡੀ ਮਸਰੂਫੀਅਤ ਬਹੁਤ ਜ਼ਿਆਦਾ ਕਿਉਂਕਿ ਤੁਹਾਡੇ ਫੰਕਸ਼ਨ, ਸ਼ਹਿਰੋਂ ਬਾਹਰ ਜਾਣਾ, ਆਉਣਾ ਜਾਣਾ, ਦਿਨ ਰਾਤ ਤੁਹਾਡੀ ਮਸਰੂਫੀਅਤ, ਇੰਨਾ ਕੰਮ ਹੀ ਕਰੀ ਜਾ ਰਹੇ ਕਿਤੇ ਆਰਾਮ ਵੀ ਕਰ ਲਿਆ ਕਰੋ। ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਔਰ ਇਸ ਤਸਲੀਮ ਅਬਾਸ ਸਟੂਡੀਓ ਤੋਂ ਕਿ ਜਿਨ੍ਹਾਂ ਨੇ ਮੈਨੂੰ ਇਸ ਲਾਇਕ ਸਮਝਿਆ ਔਰ ਬੁਲਾਇਆ। ਅਤੇ ਦੂਸਰੀ, ਕੰਮ ਜਦੋਂ ਤੱਕ ਜ਼ਿੰਦਗੀ ਹੈ ਕੰਮ ਹੁੰਦਾ ਹੀ ਰਹਿਣਾ। ਨਹੀਂ, ਇਹ ਤਾਂ ਗੱਲ ਸਹੀ ਤੁਹਾਡੀ, ਠੀਕ ਹੈ ਨਾ ਜੀ? ਤੁਸੀਂ ਵੀ ਕੰਮ ਕਰਦੇ ਹੀ ਹੋ, ਕਿਹੜੇ ਤੁਸੀਂ ਉਂਝ ਹੀ ਬੈਠੇ ਹੋ, ਆਖਿਰ ਜਾਂਦੇ ਨਾ ਕਿਸੇ ਨਾ ਕਿਸੇ ਕੰਮ 'ਤੇ। ਨਹੀਂ, ਇਹ ਵੀ ਕੰਮ ਹੀ ਹੈ ਨਾ। ਦੇਖੋ ਨਾ, ਤੁਸੀਂ ਨਲਕਾ ਜਿਹਾ ਲਾ ਕੇ ਸਾਹਮਣੇ ਬੈਠੇ ਹੋ, ਅਤੇ ਇਹ ਕਿਹੜੇ ਫਜ਼ੂਲ ਬੈਠੇ ਹੋ, ਕੰਮ 'ਤੇ ਬੈਠੇ ਹੋ ਨਾ। ਨਹੀਂ ਮੈਡਮ, ਨਲਕਾ ਲਾ ਕੇ ਮੈਂ ਕਿਹੜਾ ਤੁਹਾਡਾ ਸਿਰ ਧਵਾਤਾ ਵਾ? ਨਹੀਂ, ਸਿਰ ਧਵਾਤਾ ਮੇਰੀ ਤਾਂ ਕਿਹੜੀ ਨਕਸੀਰ ਫੁੱਟੀ ਹੈ। ਮੈਂ ਤਾਂ ਵੈਸੇ ਤੁਹਾਨੂੰ ਖੂਨ ਨਾਲ ਮੇਰੇ ਗਿੱਟੇ ਭਰ ਗਏ। ਨਹੀਂ ਨਹੀਂ, ਮੈਂ ਵੈਸੇ ਗੱਲ, ਬੜੇ ਜੋਲੀ ਕਿਸਮ ਦੇ ਆ ਤੁਸੀਂ। ਬਸ ਤੁਹਾਡੇ ਨਾਲ ਦੇਖ ਕੇ ਨਾ ਜ਼ਰਾ ਮੇਰੀ ਤਬੀਅਤ ਖੁਸ਼ ਹੋਈ ਪਈ ਹੈ। ਮਿਹਰਬਾਨੀ ਤੁਹਾਡੀ, ਸ਼ੁਕਰੀਆ। ਮੈਡਮ, ਤੁਹਾਡਾ ਹੇਅਰ ਸਟਾਈਲ ਬਹੁਤ ਖੂਬਸੂਰਤ ਲੱਗ ਰਿਹਾ। ਹੇਅਰ ਸਟਾਈਲ ਤਾਂ ਹੁਣ ਤਾਂ ਕੁਛ ਵੀ ਨਹੀਂ ਹੈ, ਜਵਾਨੀ ਬਾਰੇ 'ਚ ਬੜਾ ਹੇਅਰ ਸਟਾਈਲ ਹੁੰਦਾ ਸੀ। ਇਹ ਜਿੰਨੇ ਖਵਾਜਾ ਸਰਾ ਆ ਰਹੇ ਨੇ ਪਾਕਿਸਤਾਨ ਦੇ ਵਿੱਚ, ਸਾਰੇ ਮੈਨੂੰ ਕਾਪੀ ਕਰਦੇ ਹੁੰਦੇ ਸੀ। ਅੱਛਾ, ਤੁਹਾਨੂੰ ਕਾਪੀ ਕਰਦੇ ਸੀ ਜੀ? ਚਾਹਤ ਬਲੋਚ ਹੋਈ, ਅੱਛਾ, ਠੀਕ ਹੈ, ਮਹਿਕ ਮਲਗੇ, ਤਾਂ ਅੱਜ ਦੀਆਂ ਬੱਚੀਆਂ। ਅਸੀਂ ਤਾਂ ਉਦੋਂ ਕੰਮ ਸ਼ੁਰੂ ਕੀਤਾ ਜਦੋਂ ਟਰੈਕਟਰ ਦੀ ਲਾਈਟ 'ਤੇ ਵੀ ਅਸੀਂ ਇਹ ਡਾਂਸ ਕੀਤਾ ਹੈ। ਇਹਨੇ ਕਿ ਤੁਸੀਂ ਟਰੈਕਟਰ ਦੀ ਲਾਈਟ 'ਤੇ ਵੀ ਨੱਚੇ? ਹਾਂ, ਪਿੰਡਾਂ ਦੇ ਵਿੱਚ ਜਾਂਦੀਆਂ ਰਹੀਆਂ ਨਾ, ਆ ਲਾਈਟ ਤਾਂ ਹੁਣ ਆਈ ਹੈ। ਸਾਡੇ ਦੌਰ ਦੇ ਵਿੱਚ ਤਾਂ ਗੈਸ ਹੁੰਦੇ ਸੀ, ਜਾਂ ਖੁਸਰਿਆਂ ਨਾਲ ਹੁੰਦੇ ਸੀ, ਜਾਂ ਜਨਾਜ਼ੇ ਨਾਲ ਗੈਸ ਹੁੰਦੇ ਸੀ। ਵੈਸੇ ਬਾਅਦ ਦਫ਼ਾ ਤੁਹਾਨੂੰ ਵੀ ਗੈਸ ਹੋ ਜਾਂਦਾ ਸੀ? ਨਹੀਂ, ਉਹ ਗੈਸ ਦੀ ਗੱਲ ਨਹੀਂ ਕਰਦੇ, ਬੰਦਾ ਆਵਾਜ਼ਦਾਰ ਹੋ ਕੇ ਉੱਠ ਕੇ ਟੁਰ ਪੈਂਦਾ। ਅੱਛਾ ਅੱਛਾ ਅੱਛਾ, ਮੈਂ ਗੈਸ ਕਰਦੀ ਜਿਹੜੇ ਗੈਸ ਮੇਲੇ ਮੰਡੀਆਂ ਦੇ ਵਿੱਚ ਹੁੰਦੇ ਨੇ, ਜਿਹਦੇ ਨਾਲ ਲਾਈਟ ਵੀ ਜਲ ਜਾਂਦੀ। ਓਕੇ ਓਕੇ, ਲਾਈਟ ਹੋ ਜਾਂਦੀ। ਅਸੀਂ ਉਹ ਗੈਸ 'ਤੇ ਵੀ ਡਾਂਸ ਕੀਤਾ ਹੈ। ਅੱਛਾ, ਗੈਸ 'ਤੇ ਡਾਂਸ ਕੀਤਾ? ਹਾਂਜੀ ਹਾਂਜੀ। ਅੱਛਾ, ਤੁਸੀਂ ਕੋਲਿਆਂ 'ਤੇ ਵੀ ਕਰ ਸਕਦੇ ਡਾਂਸ? ਕੋਲਿਆਂ 'ਤੇ ਕੋਈ ਮੰਨਤ ਹੁੰਦੀ ਹੈ ਵੀ? ਅਸੀਂ ਕੋਈ ਮੰਨਤ ਮੰਨਣੀ ਸੀ ਵੀ ਕੋਲਿਆਂ 'ਤੇ ਡਾਂਸ ਕਰਨਾ? ਨਹੀਂ, ਤੁਸੀਂ ਕਹਿਣਾ ਜਿਹੜੀ ਕਰਨ ਵਾਲੀ ਕਰੋ, ਇਹ ਗੱਲ ਤੁਹਾਡੇ ਕਰਨ ਵਾਲੀ ਹੈ। ਮੈਂ ਵੈਸੇ ਪੁੱਛਿਆ ਹੀ ਹੈ ਤੁਹਾਨੂੰ। ਵੈਸੇ ਕਿਉਂ ਪੁੱਛਿਆ ਤੁਸੀਂ? ਯਕਦਮ ਹੀ ਫ੍ਰੀ ਹੋ ਗਏ, ਉਨੀ ਕੁ ਗੱਲ ਕਰੋ ਜਿੰਨੀ ਕੁ ਕੋਮਲ ਬਰਦਾਸ਼ਤ ਕਰ। ਸੋਰੀ ਮੈਡਮ, ਫਿਰ ਤੁਸੀਂ ਗੱਲ ਨਹੀਂ ਬਰਦਾਸ਼ਤ ਕਰਦੇ, ਬਾਕੀ ਤੁਸੀਂ ਗੱਲਾਂ ਬਾਬਤ। ਬਾਕੀ ਤਾਂ ਕੰਮ ਦੇ ਵਿੱਚ ਵਾਧਾ ਘਾਟਾ ਹੁੰਦਾ ਹੀ ਰਹਿੰਦਾ। ਦੇਖੋ, ਸਾਨੂੰ ਬੁਲਾਇਆ ਉਹਨਾਂ ਨੇ ਵਾਧੇ ਘਾਟੇ ਵਾਸਤੇ ਹੁੰਦਾ। ਵਾਧੇ ਘਾਟੇ ਵਾਸਤੇ? ਹਾਂ, ਮਤਲਬ ਕਿਤੇ ਜਿੱਥੇ ਚਾਰ ਗਾਣੇ ਕਹਿਣੇ ਹੁੰਦੇ, ਕਰਨੇ ਹੁੰਦੇ ਆ, ਉੱਥੇ ਅਸੀਂ 6 ਵੀ ਕਰ ਲਈਦੇ। ਇਹਨੇ ਕਿ ਤੁਹਾਨੂੰ 4 ਦਾ ਗਾ ਕੇ 7-8 ਵੀ ਕਰਾ ਲੈਂਦੇ ਆ? ਕੋਈ ਐਸੀ ਗੱਲ, ਜਦੋਂ ਗਏ ਜੋ ਉਹਨਾਂ ਨੂੰ ਪਤਾ ਵੀ ਫਨਕਾਰ ਆਏ ਆ। ਹਾਂਜੀ ਹਾਂਜੀ, ਤੇ ਕੋਈ ਰੌਲਾ ਨਹੀਂ। ਹੋਰ ਤੁਸੀਂ ਠੀਕ ਠਾਕ? ਹਾਂ, ਮੈਂ ਠੀਕ ਹਾਂ। ਨਾਲੇ ਮੈਡਮ, ਇੱਕ ਗੱਲ ਤੁਸੀਂ ਅੱਗੇ ਕੀਤੀ ਆ ਕਿ ਅਸੀਂ ਟਰੈਕਟਰ ਦੀ ਲਾਈਟ 'ਤੇ ਵੀ ਨੱਚਦੀਆਂ ਰਹੀਆਂ। ਉਸ ਦੌਰ ਦੇ ਵਿੱਚ ਨਾ ਦੌਰ ਇਸ ਕਿਸਮ ਦਾ ਸੀ। ਅੱਛਾ, ਇਹ ਗਾਣੇ ਤਾਂ ਹੁਣ ਚੱਲੇ ਨੇ, ਬੜੇ ਸਾਦੇ ਗਾਣੇ ਹੁੰਦੇ ਸੀ। ਤੇ ਪਹਿਲੇ ਗੋਲੀ ਚੱਲਦੀ ਸੀ? ਨਹੀਂ, ਗੋਲੀ ਕੋਈ ਚੱਲਦੀ ਸੀ, ਕੀ ਗੱਲ ਕੀ ਹੋ ਗਈ ਸੀ? ਮੈਂ ਬਾਰਡਰ 'ਤੇ ਗਾਣਾ ਕਰਨ ਗਈ ਸੀ, ਆਪੇ ਮੈਂ ਬਾਰਡਰ 'ਤੇ ਗਾਣਾ ਕਰ ਰਹੀ ਸੀ। ਤੁਸੀਂ ਗਲਤ ਕਰਨ ਵਾਲੀ ਕਰੋ, ਅੱਛੀ ਭਲੀ ਗੱਲ ਕਰਦੇ ਕਰਦੇ ਤੁਸੀਂ ਕੱਚੀ 'ਤੇ ਲੈ ਜਾਂਦੇ। ਚਲੋ, ਮੈਂ ਉਸ ਟੋਪਿਕ 'ਤੇ ਆ ਰਿਹਾ ਕਿ ਤੁਸੀਂ ਟਰੈਕਟਰ ਦੀ ਗੱਲ ਕੀਤੀ ਉਹਦੀ ਲਾਈਟ 'ਤੇ। ਮੈਂ ਦੱਸ ਰਹੀ ਕਿ ਵਕਤ ਇੱਕ ਐਸਾ ਸੀ ਕਿ ਅਸੀਂ ਉਸ ਵਕਤ ਦੇ ਨਾਲ ਨਾਲ ਚੱਲੀ ਹਾਂ, ਠੀਕ ਹੈ ਕਿ ਨਹੀਂ? ਹੁਣ ਤਾਂ ਮਾਸ਼ਾਅੱਲਾ ਮੇਰਾ 100-150 ਚੇਲਾ ਹੋ ਗਿਆ। ਉਹ ਮੈਨੂੰ ਲੱਗਦਾ ਤੁਹਾਡੇ ਵੱਲ ਦੇਖ ਕੇ ਕੰਮ ਤੋਂ ਵਿਹਲਾ ਹੋ ਗਿਆ। ਨਹੀਂ, ਕੰਮ ਤੋਂ ਕੋਈ ਵਿਹਲਾ ਹੋਣਾ ਕੀ ਗੱਲ, ਮੈਂ ਉਹਨਾਂ ਦੀ ਲੱਤਾਂ ਬੰਨ੍ਹ ਦਿੰਦੀ ਜਾਂ ਮੈਂ ਉਹਨੂੰ ਕੜੀਆਂ ਲਾ ਕੇ ਅੰਦਰ ਦੇ ਦਿੰਦੀ,
ਅੱਛਾ ਮੈਡਮ ਕੋਮਲ ਮੇਰੀ ਕੰਮ ਕਰ ਰਹੀ ਹੈ, ਅੱਜ ਵੀ ਕਰ ਰਹੀ ਹੈ, ਕੋਈ ਸਿਆਲਕੋਟ ਕਰ ਰਹੀ ਹੈ, ਕੋਈ ਕਰਾਚੀ ਕਰ ਰਹੀ ਹੈ, ਕੋਈ ਲਾਹੌਰ ਕਰ ਰਹੀ ਹੈ। ਸਿਆਲਕੋਟ ਫੁੱਟਬਾਲ ਬਣਾਉਂਦੀ ਹੈ? ਨਹੀਂ ਫੁੱਟਬਾਲ ਫੁੱਟਬਾਲ ਕਿਉਂ ਬਣਾਉਣਾ, ਬੱਲੇ ਬਣਾਉਂਦੀ? ਸਿਆਲਕੋਟ ਸ਼ਾਦੀਆਂ ਨਹੀਂ ਹੁੰਦੀਆਂ, ਅੱਛਾ ਹੁੰਦੇ ਸਿਆਲਕੋਟ ਬੱਚੇ ਨਹੀਂ ਹੁੰਦੇ, ਹੁੰਦੇ ਬੱਚੇ ਮੈਨੂੰ ਦੱਸਦੇ, ਜੇ ਨਹੀਂ ਹੁੰਦੇ ਤਾਂ ਮੈਂ ਕਿਸੇ ਹੋਰ ਸ਼ਹਿਰ ਲੈ ਜਾਂਦੀ ਹਾਂ। ਨਹੀਂ ਨਹੀਂ ਹੁੰਦੇ ਬੱਚੇ, ਅਤੇ ਖੁਸ਼ੀਆਂ ਆ, ਕਿਸੇ ਦੀ ਸ਼ਾਦੀ ਹੁੰਦੀ ਸਾਨੂੰ ਬੁਲਾ ਲੈਂਦੇ ਆ, ਅੱਛਾ ਕਿਸੇ ਦੇ ਘਰ ਬੱਚਾ ਹੋਇਆ ਤਾਂ ਸਾਨੂੰ ਬੁਲਾ ਲੈਂਦੇ, ਠੀਕ ਠੀਕ ਹੈ ਕਿ ਨਹੀਂ, ਜੇ ਬੁੱਢੀ ਲੜੀ ਹੋਵੇ ਠੀਕ ਹੈ ਕਿ ਨਹੀਂ ਤਾਂ ਸਾਨੂੰ ਬੁਲਾ ਲੈਂਦੇ ਆ, ਵੀ ਚਲੋ ਘਰ ਦੇ ਵਿੱਚ ਕੋਈ ਰੋਟੀ ਪਾਣੀ ਪਕਾ ਦਈਏ, ਠੀਕ ਹੈ। ਹਾਂ ਮੈਂ ਵਰਚੀ ਵੀ ਰਹੀ ਹੈ ਨਾ। ਅੱਛਾ ਤੁਸੀਂ ਆਂਡੀ ਵੀ ਪਕਾ ਲੈਂਦੇ? ਹਾਂਜੀ ਅਲਹਮਦੁਲਿਲਾ, ਐਸਾ ਖਾਣਾ ਤਿਆਰ ਕਰਾਂਗੇ, ਐਸਾ ਖਾਣਾ ਤਿਆਰ ਕਰਾਂਗੇ, ਠੀਕ ਹੈ ਕਿ ਨਹੀਂ, ਲੇਕਿਨ ਤੈਨੂੰ ਨਹੀਂ ਦੇਵਾਂਗੇ। ਕੀ ਗੱਲ ਮੈਡਮ, ਕਿਉਂਕਿ ਹੁਣ ਖਾਣਾ ਸੁਣ ਕੇ ਨਾਲ ਹੀ ਤੇਰਾ ਮੁੰਡਾ ਨਕਸ਼ ਢਿੱਲੇ ਹੋਊਗਾ ਤੇਰੇ। ਮੈਡਮ ਦੇਖੋ ਨਾ, ਭੁੱਖ ਕਿਹੜੇ ਬੰਦੇ ਨੂੰ ਨਹੀਂ ਲੱਗਦੀ, ਉਹ ਤਾਂ ਗੱਲ ਤੁਹਾਨੂੰ ਨਹੀਂ ਲੱਗਦੀ ਜੀ, ਭੁੱਖ ਲੱਗਦੀ ਆਪਣੇ ਘਰ ਜਾਵੇ, ਮੈਡਮ ਨੇ ਕਿਹੜੇ ਪਾਲੇ ਆ। ਅੱਛਾ ਚਲੋ, ਇਹ ਕੁਕਿੰਗ ਵਾਲਾ ਟੋਪਿਕ ਬਾਅਦ ਚੋਂ ਛੱਡਦੇ, ਪਹਿਲੇ ਅਗਲੀ ਗੱਲ ਮੇਰੀ ਜ਼ਰਾ ਇੱਕ ਸਵਾਲ ਤੁਹਾਡੇ ਨਾਲ, ਇਹ ਤੁਸੀਂ ਗੱਲ ਕੀਤੀ ਸੀ ਵੀ ਮੈਂ ਟਰੈਕਟਰ ਦੀ ਲਾਈਟ 'ਤੇ ਵੀ ਅਸੀਂ ਨੱਚਦੀਆਂ ਰਹੀਆਂ ਜੀ ਜੀ, ਅਤੇ ਜ਼ਿੰਦਗੀ 'ਚ ਕਦੀ ਪਿੰਡ 'ਚ ਗਏ ਹੋਵੇ ਉੱਥੇ ਕੋਈ ਐਸਾ ਮਸਲਾ? ਟਰੈਕਟਰ ਦੀ ਲਾਈਟ ਪਿੰਡ 'ਚ ਹੀ ਹੁੰਦੀ ਹੈ, ਕਦੀ ਵੇਖਿਆ ਵੀ ਕਚਹਿਰੀ ਬਾਜ਼ਾਰ ਟਰੈਕਟਰ ਖੜਾ ਹੈ ਜਾਂ ਲਾਹੌਰ ਨਾਰਕਲੀ 'ਚ ਟਰੈਕਟਰ ਖੜਾ ਹੈ, ਪਤਾ ਨਹੀਂ ਤੇਰੀ ਮੱਤ ਵੱਜੀ ਹੀ ਹੈ। ਨਹੀਂ ਮੈਂ ਉੱਥੇ ਕਹਿ ਰਿਹਾ ਤੂੰ ਵਾਕਿਆ, ਪਤਾ ਨਹੀਂ ਮੈਗ ਨੂੰ ਬੰਬ ਸਮਝਦਾ ਵੀ ਮੇਰੇ ਦਿਮਾਗ 'ਚ ਵੱਜਣਾ, ਇੰਨਾ ਡਰਿਆ ਤੂੰ। ਗੱਲ ਗਲਤ ਨਾ ਕਰਿਆ ਕਰੋ, ਗਲਤ ਗੱਲ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ, ਮੈਂ ਨਾ ਆਪਣੇ ਚੇਲਿਆਂ ਦੀ ਬਰਦਾਸ਼ਤ ਕਰਦੀ ਹਾਂ, ਨਾ ਮੈਂ ਕਿਸੇ ਆਏ ਗਏ ਮਹਿਮਾਨ ਦੀ ਬਰਦਾਸ਼ਤ ਕਰਦੀ ਹਾਂ। ਚਲੋ ਸੌਰੀ ਅਗਰ ਤੁਹਾਨੂੰ ਮੇਰੀ ਗੱਲ, ਤੁਸੀਂ ਕਿਸ ਹਿਸਾਬ ਦੇ ਨਾਲ ਟਰੈਕਟਰ ਨੂੰ ਸ਼ਹਿਰ 'ਚ ਵਾੜੀ ਜਾਂਦੇ? ਟਰੈਕਟਰ ਹੁੰਦੇ ਜ਼ਿਮੀਂਦਾਰਾਂ ਕੋਲ, ਟਰੈਕਟਰ ਹੁੰਦੇ ਪਿੰਡਾਂ ਦੇ ਵਿੱਚ, ਦਿਮਾਗ ਖਰਾਬ ਨਾ ਮੇਰਾ ਕਰਨਾ। ਮੈਂ ਉਹੀ ਕਹਿ ਰਿਹਾ, ਤੁਸੀਂ ਮੇਰੀ ਪੂਰੀ ਗੱਲ ਨਹੀਂ ਸੁਣ ਲਿਆ। ਪੂਰੀ ਗੱਲ ਤੂੰ ਅਜੇ ਮਹੀਨਾ ਲਾਉਣਾ ਗੱਲ ਨੂੰ, ਗੱਲ ਤਾਂ ਹੁੰਦੀ ਹੈ ਨਿੱਕੀ ਜੀ, ਨਿੱਕੀ ਜੀ ਹਾਂ ਹੁੰਦੀ ਹੈ। ਮੈਂ ਇਹ ਕਹਿ ਰਿਹਾ ਵੀ ਪਿੰਡ 'ਚ ਕਦੀ ਕੋਈ ਐਸਾ ਵਕੂਆ ਹੋ ਗਿਆ ਹੋਵੇ ਡਾਂਸ ਕਰਦਾ, ਮੈਂ ਇਹ ਪੁੱਛਣਾ ਚਾਹੁੰਦਾ ਸੀ। ਪਿੰਡ ਦੇ ਵਿੱਚ ਹੁੰਦੇ ਵਕੂਏ, ਮਤਲਬ ਅੰਦਰ ਜਾਣੇ ਤਰਸੇ ਤਾਂ ਇੰਨੇ ਹੁੰਦੇ ਆ, ਕਦੀ ਉਹਨਾਂ ਨੇ ਚੰਗੀ ਚੀਜ਼ ਵੇਖੀ ਨਹੀਂ ਹੁੰਦੀ। ਚੰਗੀ ਚੀਜ਼ ਠੀਕ ਹੈ ਕਿ ਨਹੀਂ, ਪੈਸੇ ਜੋੜੀ ਜਾਂਦੇ, ਪੈਸੇ ਜੋੜੀ ਜਾਂਦੇ ਆ, ਕਣਕ ਵੇਚੀ ਜਾਂਦੇ ਪੈਸੇ ਜੋੜੀ ਜਾਂਦੇ, ਅਮਰੂਦ ਵੇਚੀ ਜਾਂਦੇ ਪੈਸੇ ਜੋੜੀ ਜਾਂਦੇ, ਪੈਸੇ ਜੋੜੀ ਜਾਂਦੇ। ਇਹਨਾਂ ਕੋਲ ਤੁਸੀਂ ਕੀ ਚਾਹੁੰਦੇ ਹੋ, ਸਾਰੇ ਪੈਸੇ ਤੁਹਾਡੇ ਤੋਂ ਛੱਡ ਦੇਣ? ਅਤੇ ਕਦੋਂ ਉਹਨਾਂ ਨੇ ਖਰਚਣੇ ਆ? ਮਰਨ 'ਚ 8 ਦਿਨ ਰਹਿ ਜਾਂਦੇ ਅਤੇ ਇਹ ਨਸੀਹਤਾਂ ਕਰਦੇ ਆ, ਉੱਥੇ ਪੈਸੇ ਰੱਖੇ ਸੀ, ਇੱਥੇ ਰੱਖੇ ਸੀ, ਇੱਥੇ ਕਿੱਥੇ ਜਾਣੇ ਹੋ ਪੈਸੇ? ਜਦੋਂ ਤੱਕ ਬੰਦਾ ਜਿੰਦਾ ਆ, ਜਿਹਦਾ ਹੱਕ ਬਣਦਾ ਉਹਨੂੰ ਦੇਣਾ ਚਾਹੀਦਾ। ਇਹਨਾਂ ਕੋਲ ਤੁਸੀਂ ਸਮਝਦੇ ਕੋ ਨਾ, ਪੈਸਾ ਸਾਡਾ ਹੱਕ ਬਣਦਾ ਹੈ, ਅਸੀਂ ਵੀ ਇਸ ਮੁਲਕ ਦਾ ਸਰਮਾਇਆ ਹੈ। ਨਹੀਂ ਤੁਸੀਂ ਇਸ ਮੁਲਕ ਦਾ ਸਰਮਾਇਆ ਵਾ, ਪੂਰਾ ਵੱਡਾ, ਬਲਕਿ ਪੂਰਾ ਤੋਪਖਾਨਾ ਹੀ ਆਇਆ ਵਾ। ਨਹੀਂ ਸਰਮਾਇਆ ਤੁਸੀਂ ਮੁਲਕ ਦਾ, ਕੀ ਫਾਇਦਾ? ਇੱਕ ਵਾਰੀ ਕੀ ਹੋਇਆ ਵਾਕਿਆ ਬੜਾ ਮੈਨੂੰ ਅੱਜ ਤੱਕ ਯਾਦ ਆ ਗਿਆ। ਅਸੀਂ ਨੱਚਦੀਆਂ ਅਤੇ ਨੱਚਦੀਆਂ ਨਾ, ਲਾਈਟ ਬੰਦ ਹੋ ਗਈ, ਉਹ ਲਾਈਟ ਬੰਦ ਦੇ ਵਿੱਚ ਲੜਾਈ ਹੋ ਪਈ। ਅੱਛਾ, ਬਸ ਬਾਕੀਆਂ ਨੇ, ਬਾਕੀ ਤਾਂ ਬਚ ਗਈਆਂ, ਮੈਂ ਪਾਏ ਸੀ ਘੁੰਗਰੂ। ਅੱਛਾ, ਜਿੱਧਰੋਂ ਘੁੰਗਰੂ ਦੀ ਆਵਾਜ਼ ਆਉਂਦੀ ਸੀ ਉੱਧਰੋਂ ਡਾਕ ਆਉਂਦੀ ਸੀ, ਜਿੱਧਰੋਂ ਆਵਾਜ਼ ਆਉਂਦੀ ਸੀ ਉੱਧਰੋਂ ਡਾਕ ਆਉਂਦੀ ਸੀ। ਮੈਂ ਕੋ 80-82 ਡਾਂਗਾਂ ਖਾਧੀ। ਗਰਮ ਦੁੱਧ ਨਾ? ਗਰਮ ਦੁੱਧ ਨਾ ਖਾ ਆਉਂਦੀ ਹੈ? ਨਹੀਂ ਖਾਧ ਨਾ ਮੈਂ। ਉੱਥੇ ਮੈਂ ਡਾਂਗਾਂ ਖਾਧੀ ਤੇ ਚੁੱਲ੍ਹੇ ਤੇ ਮੈਂ ਦੁੱਧ ਰੱਖਦੀ। ਆਪਣੀ ਜ਼ਬਾਨ ਤੇ ਨਾ ਕੰਟਰੋਲ ਕਰ। ਅੱਛਾ ਅੱਛਾ, ਤੈਨੂੰ ਮਜ਼ਾਕ ਸੁੱਝਣ ਡਿਆ ਆ, ਇੰਨੀ ਡਾਂਗ ਮੈਨੂੰ ਪਈ, ਇੰਨੀ ਡਾਂਗ ਪਈ, ਮੇਰਾ ਇੱਦਾਂ ਦਾ ਮੇਰਾ ਜਿਸਮ ਸੀ। ਜਦੋਂ ਮੈਂ ਘਰ ਆਇਆ ਮੈਨੂੰ ਘਰ ਦੇ ਪਛਾਣਿਆ ਨਹੀਂ, ਉਹਨਾਂ ਨੇ ਕਿਹਾ ਪਤਾ ਨਹੀਂ ਔਰਤ ਕੌਣ ਆ ਗਈ, ਐਡੀ ਮੋਟੀ, ਤੇ ਮੈਨੂੰ ਤਾਂ ਸਜਾਇਆ ਪਿਆ ਸੀ ਉਹਨਾਂ ਨੇ ਡਾਂਗਾਂ ਮਾਰ ਮਾਰ। ਅੱਛਾ ਅੱਛਾ, ਉਸ ਤੋਂ ਬਾਅਦ ਮੈਂ 4 ਮਹੀਨੇ ਡਾਂਗਾਂ ਨੂੰ ਸੇਕ ਦਿੰਦੀ ਰਹੀ। ਜਿਹਨੂੰ ਕਿ ਜਿੰਨੀਆਂ ਤੁਸੀਂ ਡਾਂਗਾਂ ਦੱਸ ਰਹੇ, ਤੁਹਾਨੂੰ ਤਾਂ ਬਾਲਣ ਹੀ ਬਹੁਤ ਇਕੱਠਾ ਹੋ ਗਿਆ ਹੁਣ। ਬਾਲਣ ਬਾਲਣ ਤੇਰੀ ਲਾਸ਼ ਦੇ ਆਲੇ ਦੁਆਲੇ ਲਾਉਣਾ ਸੀ, ਬਾਲਣ ਅਸੀਂ ਕੀ ਕਰਨਾ? ਬਾਲਣ ਦੀ ਗੱਲ ਆਈ ਹੈ ਵਿੱਚ? ਹੈ ਕਿਹੜੀਆਂ ਤੂੰ ਆਪਣੀ ਮਾਂ ਦੀਆਂ ਦੇਗਾਂ ਰੱਖੀਆਂ ਆ? ਨਹੀਂ ਕੋਮਲ ਜੀ, ਗੱਲਾਂ ਕਰਨ ਡਿਆ ਹੈ। ਕੋਮਲ ਜੀ ਨਾਰਾਜ਼ ਨਾ ਨਾ, ਨਹੀਂ ਨਾਰਾਜ਼ ਤੂੰ ਇੱਦਾਂ ਦੀ ਕਿਉਂ ਗੁਫਤਗੂ ਕਰ ਰਿਹਾ? ਗੁਫਤਗੂ ਕਰ ਜਿਹੜਾ ਮੈਂ ਤੈਨੂੰ ਜਵਾਬ ਦੇਵਾਂ। ਮੈਂ ਤਾਂ ਕਿਸੇ ਐਂਕਰ ਤੇ ਕਹਿਣ ਤੇ ਜਾਂਦੀ ਨਹੀਂ ਹੈਗੀ, ਐਂਕਰ ਖੁਦ ਮੇਰੇ ਕੋਲ ਚੱਲ ਕੇ ਆ ਜਾਂਦੇ, ਸਿਰਫ ਇਸੇ ਵਜ੍ਹਾ ਤੋਂ ਨਹੀਂ ਜਾਂਦੀ, ਤੁਹਾਨੂੰ ਸਵਾਲ ਜਵਾਬ ਨਹੀਂ ਕਰਨਾ ਆਉਂਦਾ। ਨਹੀਂ ਮੈਡਮ, ਅਸੀਂ ਦੇਖੋ ਨਾ ਤੁਹਾਡੀ ਇੱਜ਼ਤ ਕਰ ਰਹੇ, ਇੱਜ਼ਤ ਸਾਰੇ ਮੇਰੇ ਲੋਕ ਇੱਜ਼ਤ ਕਰਦੇ, ਤੂੰ ਨਾ ਕਰ ਭਲਾ।
ਨਹੀਂ ਮੈਨੂੰ ਦੱਸ ਦੇ, ਮੇਰਾ ਰਜ਼ਾਕ ਸਿਪਾਹੀ ਵਾਕਫ ਆ, ਮੈਂ ਇੱਕ ਫੋਨ ਕਰਾਂ ਤੈਨੂੰ ਚੁੱਕ ਕੇ ਲੈ ਜਾਵੇ ਜਿੱਥੋਂ ਬੈਠਾ ਹੋਵੇ ਤੂੰ। ਮੈਨੂੰ ਚੁੱਕ ਕੇ ਲਾਈਏ, ਮੈਂ ਕਿ ਮੇਰੀ ਲੱਤ ਲੱਥੀ ਮਾਰ ਦੂੰ ਚੱਲ ਜੂੰ। ਲੱਥੀ ਹੈ। ਅੱਛਾ ਰਜ਼ਾਕ ਸਿਪਾਹੀ ਤੁਹਾਡਾ ਵਾਕਫ ਆ ਤੇ ਬਾਕੀ ਜਵਾਨੀ ਬਾਰੇ ਤਾਂ ਮੇਰਾ ਆਸ਼ਿਕ ਹੈ। ਜਵਾਨੀ ਬਾਰੇ ਤਾਂ ਹੁਣ ਜਵਾਨੀ ਤੁਹਾਡੀ ਨੂੰ ਕੀ ਹੋਇਆ? ਜਵਾਨੀ ਹੁਣ ਵੀ ਮੈਂ ਅਲਹਮਦੁਲਿਲਾ ਜਵਾਨ ਹਾਂ। ਮੈਂ ਤਾਂ ਥਾਣੇ ਲੱਗਾ ਹੁੰਦਾ ਸੀ, ਮੈਂ ਥਾਣੇ ਦੁਪਹਿਰ ਦੀ ਰੋਟੀ ਲਿਆ ਕੇ ਜਾਂਦੀ ਹੁੰਦੀ ਸੀ ਥਾਣੇ। ਹਾਂ ਅੱਛਾ, ਅਚਾਰ ਲੈ ਕੇ ਜਿਹੜਾ, ਅਚਾਰ ਦਾ ਬੜਾ ਸ਼ੌਕੀਨ ਹੁੰਦਾ ਸੀ। ਆਹ ਮੈਂ ਡਾਂਸ ਕਰਨਾ, ਉਹਨੇ ਮੂੰਹ 'ਚ ਫਾੜੀ ਪਾ ਕੇ ਪਿੱਛੇ ਐਂ ਕਰੀ ਜਾਣਾ। ਕਿੱਦਾਂ ਕਰਨਾ? ਮੈਂ ਡਾਂਸ ਕਰ ਰਿਹਾ ਨਾ ਮੈਂ, ਤੇ ਉਹਦੇ ਪਿੱਛੇ ਮੂੰਹ 'ਚ ਫਾੜੀ ਪਾ ਕੇ ਤੇ ਐਂ ਕਰੀ। ਹਾਂ ਨਹੀਂ, ਕੋਮਲ ਜੀ ਤੁਹਾਡਾ ਸਟੈਪ ਦੱਸ ਰਿਹਾ ਕਿ ਤੁਸੀਂ ਫਰਨਾ ਬਹੁਤ ਪਿਆਰ। ਨਹੀਂ, ਬੜੇ ਜੌਲੀ ਕਿਸਮ ਦੇ ਸੀ ਰਜ਼ਾਕ, ਬੜੇ ਜੌਲੀ ਕਿਸਮ ਦਾ ਸੀ। ਮਸ਼ਲਾ ਏਡਾ ਸਾਰਾ ਕੱਦ ਸੀ, ਕਿੱਡਾ ਸਾਰਾ ਕੱਦ, ਵਿਹੜੇ ਦੇ ਵਿੱਚ ਬੈਠਾ ਵੀ ਇੰਝ ਲੱਗਦਾ ਖੜੇ ਹੋ ਕੇ ਗੱਲ ਕਰਨ ਦੇ। ਓਏ, ਤੁਹਾਨੂੰ ਵਿਹੜੇ 'ਚ ਬੈਠਾ ਵੀ ਇੰਝ ਲੱਗਦਾ ਵੀ ਤਾਂ ਖੜਾ, ਕਿ ਏਡਾ ਜਵਾਨ ਸੀ, ਏਡਾ ਜਵਾਨ ਸੀ। ਵੈਰੀ ਗੁੱਡ, ਵੈਰੀ। ਇਹ ਇਸ ਤਰ੍ਹਾਂ ਅਸਲ 'ਚ ਮੈਡਮ ਇਹ ਜਵਾਨੀਆਂ ਮੁੱਕ ਗਈਆਂ। ਮੈਂ ਕਹਿੰਦਾ ਤੂੰ ਬਾਥਰੂਮ 'ਚ ਬੈਠਾ ਹੁੰਦਾ, ਤੁਰੇ ਜਾਂਦੇ ਬੰਦੇ ਕੋਲ ਸਿਗਰਟ ਲਵਾ ਲੈਂਦਾ ਹੁੰਦਾ ਸੀ। ਇਹਨੇ ਕਿ ਏਡਾ ਜਵਾਨ ਸੀ, ਏਡਾ ਜਵਾਨ ਸੀ ਉਹ। ਅੱਛਾ, ਏਡਾ ਲੰਮਾ ਕੱਦ ਸੀ, ਏਡਾ ਲੰਮਾ ਜਵਾਨ ਸੀ, ਮਾਸ਼ਾਅੱਲਾ ਤੁਰਿਆ ਜਾਂਦਾ ਹੁੰਦਾ ਸੀ ਤੇ ਨਾਲ ਦੇ ਕੋਠੇ ਦੇ ਅਗਲੇ ਨੂੰ ਕਹਿ ਦਿੰਦਾ ਸੀ ਧੋਤੀ ਸਹੀ ਕਰ। ਅੱਛਾ, ਏਡਾ ਲੰਮਾ ਜਵਾਨ ਹੁੰਦਾ ਸੀ। ਓਏ ਓਏ, ਹਾਂ ਜਿੱਦਾਂ ਦੀ ਲੰਘਣਾ ਨਾ ਨਾਲ ਦੇ ਘਰ ਦੱਸ ਦਿੰਦਾ ਸੀ ਆਲੂ ਗੋਭੀ ਪਕਾਈ ਹੈ। ਇਹਨੇ ਕਿ ਏਡੇ ਜਵਾਨ, ਹਾਂ ਕੰਨਾਂ ਛੁੱਟ ਜਾਂਦੀਆਂ ਸੀ। ਜਵਾਨੀ ਤਾਂ ਆਮ ਹੁੰਦੀ ਸੀ ਉਸ ਦੌਰ ਦੇ ਵਿੱਚ, ਇਹ ਅੱਜ ਕੱਲ੍ਹ ਹੀ ਤੁਹਾਡੇ ਵਾਂਗੂ ਬੀਟੇ ਬੀਟੇ ਜਿਹੇ ਰੀਠੇ ਰੀਠੇ ਜਿਹੇ ਬੰਦੇ ਫਿਰੀ ਜਾਂਦੇ। ਕੋਮਲ ਜੀ ਕਿੱਧਰ, ਛੋਟਾ ਜਿਹਾ ਕੱਦ ਤੂੰ ਉੱਤੇ ਬੈਠਾ, ਲੱਤਾਂ ਤੇਰੀਆਂ ਲਮਕਣ ਡੀ ਹੈ, ਜ਼ਮੀਨ ਤੇ ਨਹੀਂ ਲੱਗਣ ਡੀ ਹੈ, ਏਡਾ ਛੋਟਾ ਤੇਰਾ ਕੱਦ। ਮੈਡਮ ਕਿਹੜੀ ਜ਼ਰੂਰਤ ਸੀ ਦੁਨੀਆ ਤੇ, ਅੱਧਾ ਹੀ ਆ ਗਿਆ। ਉਹ ਇਹ ਖੁਸ਼ੀ ਨਾਲ ਨਹੀਂ ਲੱਗਣ ਡੀ ਹੈ, ਖੁਸ਼ੀ ਤਾਂ ਕਿਉਂ ਨਹੀਂ? ਅੱਛਾ, ਖੁਸ਼ੀ ਤਾਂ ਨਹੀਂ ਲੱਗ, ਤੁਸੀਂ ਮੇਰੇ ਸਾਹਮਣੇ ਬੈਠੇ ਹੋ ਨਾ, ਦੇਖੋ ਨਾ ਤੁਹਾਡਾ ਦੀਦਾਰ ਹੋ ਰਿਹਾ, ਤੇ ਮੈਂ ਮੇਰੇ ਜਿੰਨਾ ਖੁਸ਼ਕਿਸਮਤ ਕੌਣ ਹੋ ਸਕਦਾ। ਗਿੱਠੇ ਬੰਦੇ ਦੀ ਵੀ ਕੀ ਜ਼ਿੰਦਗੀ ਹੈ, ਇਹਨਾਂ ਨੂੰ ਗੁੱਸਾ ਤਾਂ ਬਹੁਤ ਜਲਦੀ ਹੋ ਗਿਆ ਗਿੱਠੇ ਬੰਦੇ ਨੂੰ। ਕੀ ਮਤਲਬ? ਕਿਉਂਕਿ ਇਹਨਾਂ ਦੀਆਂ ਨਾੜਾਂ ਕੋਲ ਕੋਲ ਹੁੰਦੀਆਂ ਨਾ, ਜਲਦੀ ਬਲੱਡ ਪ੍ਰੈਸ਼ਰ ਲਾਈ। ਮੈਡਮ ਤੁਸੀਂ ਕਿੱਧਰਲੇ ਪਾਸੇ ਤੁਰ ਪਏ? ਮੈਂ ਤੁਹਾਡੇ, ਤੁਹਾਡੀ ਗੱਲ ਕਰ ਰਿਹਾ, ਮੈਂ ਤੁਹਾਡੀ ਲਾਈਫ ਦੇ ਬਾਰੇ ਪੁੱਛ ਰਿਹਾ। ਸਾਡਾ ਨੌਨ 8 ਮੀਟਰ ਦਾ ਸੂਟ ਬਣਦਾ, ਤੁਹਾਡਾ 1.5 ਗਜ 'ਚ ਬਣ ਜਾਂਦਾ, ਫਰਕ ਕਿੰਨੇ ਅਖਰਾਜਾਤ ਘੱਟ ਜਾਂਦੇ। ਨਹੀਂ, 8 ਮੀਟਰ ਦਾ ਤੁਹਾਡਾ ਕੀ ਸਿਰ ਤੇ ਪਾਗਲ ਬੈਠੇ ਦੇ ਨਾਲ? ਗਿੱਠਾ ਬੰਦਾ ਨੂੰ ਮਕਾਨ ਨਹੀਂ ਲੈ ਸਕਦਾ ਉਹ ਕਿਉਂ ਕਿਰਾਏ ਤੇ, ਕਿਉਂਕਿ ਉਹਦੀ ਵੈਰਿੰਗ ਉੱਚੀ ਹੁੰਦੀ ਹੈ। ਅੱਛਾ, ਤੁਸੀਂ ਛੱਡੋ ਸਾਰੀਆਂ ਗੱਲਾਂ, ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਛੱਡੋ ਕਿਉਂ? ਮੈਂ ਤਿੰਨ ਗੱਲਾਂ ਨਾ ਕਰਾਂ? ਨਹੀਂ, ਗੱਲਾਂ ਕਰੋ ਲੇਕਿਨ ਹਦਾਇਤ ਵਾਲੀਆਂ ਕਰੋ ਨਾ। ਹਦਾਇਤ ਦੀਆਂ ਹੀ ਹੈ। ਓਹੋ ਮੈਡਮ, ਤੁਸੀਂ ਕਿਤਾਬੀ ਗੁਫਤਗੂ ਕਰਨ ਲੱਗ ਗਏ, ਤੁਸੀਂ ਮੈਨੂੰ ਸਿਰਫ ਇਹ ਦੱਸੋ ਤੁਸੀਂ ਖਾਣਾ ਪਕਾਉਣਾ ਵੀ ਜਾਣਦੇ ਹੋ? ਖਾਣਾ ਮੈਂ ਇਸ ਕਿਸਮ ਦਾ ਪਕਾਉਂਦੀ, ਕਰੇਲੇ ਗੋਸ਼ਤ, ਹੋਰ ਕੱਖ ਨਹੀਂ ਹੁੰਦਾ? ਪਿੰਡੀ ਗੋਸ਼ਤ। ਅੱਛਾ, ਪਿੰਡੀ ਗੋਸ਼ਤ ਵੀ ਪਕਾਉਂਦੇ? ਹਾਂ। ਤੇ ਲਾਹੌਰ ਗੋਸ਼ਤ ਵੀ ਪਕਾ ਲੈਂਦੇ? ਹਾਂ, ਉਹ ਮੈਂ ਤੇਰੀ ਤੇਰੇ ਕੋਲਾਂ ਤੇ ਪਕਾਉਣਾ। ਤੇ ਨਾਲ ਤੁਸੀਂ ਕਹਿੰਦਾ ਪਿੰਡੀ ਗੋਸ਼ਤ ਤੇਰੇ ਕੋਲ ਹੋਣਗੇ ਨਾ, ਫਿਰ ਮੈਂ ਤੈਨੂੰ ਉਹ ਪਕਾ ਕੇ ਦੇਵਾਂਗਾ। ਮੈਡਮ ਤੁਸੀਂ ਕਹਿੰਦਾ ਪਿੰਡੀ ਹੈ, ਲਾਹੌਰ ਗੋਸ਼ਤ ਚੱਲਿਆ ਕਿਤੇ? ਆ ਪਿੰਡੀ ਗੋਸ਼ਤ ਕਿਹਾ ਨੀ ਤੁਸੀਂ? ਪਿੰਡੀ ਗੋਸ਼ਤ ਨਹੀਂ, ਪਿੰਡੀ ਗੋਸ਼ਤ। ਅੱਛਾ, ਪਿੰਡੀ ਗੋਸ਼ਤ ਕਿਹਾ? ਹਾਂ, ਸੌਰੀ ਸੌਰੀ, ਧਨੀਆ ਗੋਸ਼ਤ। ਹਾਂ, ਓਏ ਹੋਏ, ਕਰੇਲੇ ਗੋਸ਼ਤ। ਮੈਡਮ ਤੁਹਾਡੀਆਂ ਗੱਲਾਂ ਸੁਣ ਕੇ ਮੇਰੇ ਮੂੰਹ 'ਚੋਂ ਪਾਣੀ ਆ ਗਿਆ। ਪੈਪ ਲਾ ਕੇ ਹੁਣ ਵਿਹੜੇ 'ਚ ਛਿੜਕਾ ਲਵਾਂ, ਠੰਡਾ ਹੋ ਜਾਵੇ ਤੇਰਾ ਵਿਹੜਾ, ਇੰਨਾ ਪਾਣੀ ਤੈਨੂੰ ਆ ਗਿਆ। ਨਹੀਂ, ਤੁਸੀਂ ਚੰਗੀ ਚੀਜ਼ ਖਾਧੀ ਨਹੀਂ ਨਾ ਕਦੀ ਹੈਗੀ, ਸਾਰੀ ਜ਼ਿੰਦਗੀ ਦਾਲ ਹੀ ਖਾਂਦੇ ਰਹਿੰਦੇ ਆ। ਮਰਨੇ ਮੁਰਗਾ ਖਾਓ, ਚੋਗ ਲਵੇ, ਤੁਹਾਡੇ ਕੋਲ ਬੋਝ ਹਲਕਾ ਹੋਵੇ ਅੰਦਰ ਦਾ। ਆਪਣੇ ਹੱਥ ਨਾਲ ਕੋਈ ਪਕਾ ਕੇ ਤੇਰਾ ਭੋਣ ਬਣਾਈ ਗੱਲ ਹੈ? ਮੈਂ ਤੈਨੂੰ ਪਾਲਿਆ ਹੈ, ਮੈਂ ਆਪਣੇ ਹੱਥ ਤੈਨੂੰ ਖਵਾਵਾਂ, ਤੂੰ 28 ਸਾਲ ਬਾਅਦ ਜੇਲੋਂ ਆਇਆ। ਨਹੀਂ ਮੈਡਮ, ਅਸੀਂ ਤੁਹਾਡੇ ਨਾਲ ਪਿਆਰ ਕਰਦੇ ਹਾਂ। ਮੇਰੇ ਨਾਲ ਕਿਉਂ ਪਿਆਰ ਕਰਦੇ ਆ? ਪਿਆਰ ਜਿੰਨਾ ਮੈਂ ਕਰਦੀ ਕੋਈ ਬੜਾ ਹੈ। ਰਜ਼ਾਕ, ਰਜ਼ਾਕ ਸਿਪਾਹੀ ਜੀ, ਇਹ ਰਜ਼ਾਕ ਸਿਪਾਹੀ ਬਹੁਤ ਅੱਛਾ ਹੈ, ਹੁਣ ਤਾਂ ਥਾਣੇਦਾਰ ਹੋ ਗਿਆ। ਹਾਂ, ਪਿਛਲੇ ਮੰਗਲ ਫੁੱਲ ਲੱਗਣੇ ਹਨ, ਮੰਗਲ ਆਏ ਨਹੀਂ ਸੀ ਅਜੇ ਮਾਰਕੀਟ 'ਚ ਨਹੀਂ ਆਏ ਕੀ? ਹਾਂ, ਫੁੱਲ ਆਉਣੇ ਸੀ ਨਾ ਉਹਨੇ। ਅੱਛਾ, ਇਹਨਾਂ ਕੇ ਸਾਹਿਬ ਨਹੀਂ ਮਾਰਕੀਟ 'ਚ ਆਏ ਤੁਹਾਡੇ ਨਾਲ? ਹਾਂ। ਅੱਛਾ ਮੈਡਮ, ਤੁਹਾਨੂੰ ਕਦੀ ਆਫਰ ਹੋਈ ਹੋਵੇ ਬਾਹਰਲੇ ਮੁਲਕ? ਬੜੇ ਬੜੀ ਦਫਾ ਹੋਈ, ਆਸਟ੍ਰੇਲੀਆ ਦੀ ਹੋਈ, ਅਮਰੀਕਾ ਦੀ ਹੋਈ, ਜਪਾਨ ਦੀ ਹੋਈ। ਆਸਟ੍ਰੇਲੀਆ ਤੁਹਾਨੂੰ ਰਿਕੀ ਪੌਂਡਿੰਗ ਨੇ ਆਫਰ ਕੀਤੀ ਸੀ? ਨਹੀਂ ਨਹੀਂ, ਉਹ ਕੌਣ ਹੈ? ਬੜਾ ਦਵਾਈ ਵਰਗਾ ਨਾਂ ਆਇਆ ਉਹ। ਨਹੀਂ, ਉਹ ਕ੍ਰਿਕਟਰ ਨੇ, ਰਿਕੀ ਪੌਂਡਿੰਗ ਬੜੇ ਅੱਛੇ ਸਟਾਰ ਸੀ। ਬਥੇਰੇ ਕ੍ਰਿਕਟਰ ਮੈਨੂੰ ਬੁਲਾਉਂਦੇ ਨੇ। ਅੱਛਾ ਜੀ, ਮੈਂ ਨਹੀਂ ਜਾਣੀ ਹੈ।
ਸ਼੍ਰੀਲੰਕਾ ਦੀ ਜੋ ਆਫਰ ਆਈ ਤੁਹਾਨੂੰ? ਸ਼੍ਰੀਲੰਕਾ ਦੇ ਵਿੱਚ ਨਾ ਮੈਨੂੰ, ਮੈਂ ਆਫਰ ਤਾਂ ਆਈ ਹੈ ਲੇਕਿਨ ਉੱਥੇ ਤਾਂ ਮੈਨੂੰ ਕਲਰ ਪਸੰਦ ਨਹੀਂ ਹੈ ਸ਼੍ਰੀਲੰਕਾ ਦਾ। ਹਾਂ ਉੱਥੇ ਬੰਦਾ ਫੁੱਲ ਤਿਆਰ ਹੋ ਗਿਆ ਆਵੇ ਨਾ ਅਤੇ ਨਾਲ ਦਾ ਦੋਸਤ ਫਿਰ ਸਮਝਦਾ ਹੈ ਕਿ ਤੂੰ ਜਾਣਾ ਨਹੀਂ, ਜਾਂ ਤਿਆਰ ਹੋ ਗਿਆ। ਇਹਦਾ ਕਹਿਣਾ ਮਤਲਬ ਕਿ ਬੰਦਾ ਤਿਆਰ ਹੋ ਕੇ ਵੀ ਲੱਗਦਾ ਹੈ ਵੀ ਨਹੀਂ ਤਿਆਰ ਹੋਇਆ? ਨਹੀਂ ਤਿਆਰ ਹੋਇਆ। ਅਤੇ ਜਪਾਨ ਤੋਂ ਪਤਾ ਨਹੀਂ ਕੀ ਗੱਲ ਹੈ, ਇੰਨੇ ਕਾਲੇ ਆ, 24 ਘੰਟੇ ਉੱਧਰ ਧੁੱਪ ਵੀ ਹੋਵੇ ਝੜ ਲੱਗਦਾ, ਜਿਸ ਇਲਾਕੇ 'ਚ ਬੈਠੇ ਹੁੰਦੇ ਲੱਗਦਾ ਇੱਥੇ ਲੈਟ ਹੈ ਹੀ ਨਹੀਂ। ਅਤੇ ਜਪਾਨ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਜਪਾਨ 'ਤੇ ਤੁਹਾਨੂੰ ਪਤਾ ਲੈਟ ਬੰਦ ਵੀ ਕਰ ਦਿੰਦੇ, ਸਾਰੇ ਇੰਜੀ ਲੱਗਣ ਡੇ ਹੁੰਦੇ ਆ ਵੀ ਕਿਆ ਬਾਤ, ਹੋਏ ਹੋਏ ਤਾਜ਼ੇ ਚਿਹਰੇ ਹੈ, ਖੂਬਸੂਰਤ ਚਿਹਰੇ। ਉੱਥੇ ਤੇ ਸ਼੍ਰੀਲੰਕਾ ਦੇ ਵਿੱਚ ਤਾਂ ਇੰਜੋਏ ਹੋਇਆ ਵੀ ਅੱਲਾ ਮਾਫ਼ੀ ਦੇਵੇ, ਕੋਲੇ ਠੰਡੇ ਕਰਕੇ ਰੱਖੇ। ਨਹੀਂ ਨਹੀਂ ਮੈਡਮ ਕੋਈ ਨਹੀਂ, ਉਹ ਵੀ ਇਨਸਾਨ ਆ, ਬਾਕੀ ਅੱਜ ਤੁਸੀਂ ਵੀ ਜਾ ਰਹੇ। ਮੈਂ ਬੜਾ ਪਿਆਰ ਕਰਦੀ ਉਹਨਾਂ ਨਾਲ, ਮੈਂ ਵੀ ਇੱਕ ਹਸਾਉਣ ਦੇ ਤਕਾਜ਼ੇ ਨਾਲ ਗੱਲ ਕਰਨ ਡਈ ਹਾਂ, ਮੈਨੂੰ ਫਸਾਉਣ ਵਾਲੀ ਗੱਲ ਨਾ ਕਰ ਵੀ ਮੈਂ ਸ਼੍ਰੀਲੰਕਾ ਜਾਵਾਂ ਤਾਂ ਬਾਰਡਰ ਤੋਂ ਥੱਲੇ ਲਾ ਲੈਣ ਮੈਨੂੰ ਫੌਰੀ। ਨਹੀਂ ਨਹੀਂ ਬਹੁਤ ਪਿਆਰ ਹੈ, ਲੇਕਿਨ ਮੈਂ ਕਲਰ ਦੀ ਗੱਲ ਕਰਦੀ। ਹਾਂ ਨਹੀਂ ਨਹੀਂ ਅੱਜ ਤੁਸੀਂ ਵੀ ਚਮਕ ਰਹੇ ਪੂਰਾ। ਹਾਂ ਅਲਹਮਦੁਲਿਲਾ, ਮੇਰੇ ਹਰ ਦੌਰ 'ਚ ਚਮਕੀ। ਅਤੇ ਕਿੱਥੋਂ ਆਇਆ ਪੂਰਾ ਨਿਜ਼ਾਮ ਕਰਾਇਆ? ਮੇਰੇ ਕੋਲ ਹੁੰਦਾ, ਮੇਰਾ ਬਿਊਟੀਸ਼ੀਅਨ ਆਪਣਾ ਹੁੰਦਾ। ਮਾਸ਼ਾਅੱਲਾ ਜਿੱਡਾ ਬੁੱਗਾ ਤੁਹਾਡਾ, 3-4 ਦਿਨ ਤਾਂ ਲੱਗ ਜਾਂਦਾ ਤਿਆਰ ਹੁੰਦੇ ਆ। ਮੇਰੇ ਮੂੰਹ ਤੋਂ ਪਹਿਲਾਂ ਉਹਨਾਂ ਟਰਾਲੀਆਂ ਸਟਾਉਣੀਆਂ ਮਿੱਟੀ ਦੀਆਂ, ਜਾਂ ਮੇਰੇ ਨੈਣ ਨਕਸ਼ ਪਹਿਲਾਂ ਉਹਨੂੰ ਪੁਰ ਕਰਨੇ, ਪਟੀਰ ਭਰਨੀ ਹੈ, ਅਤੇ ਫਿਰ ਮੇਰਾ ਮੇਕਅਪ ਹੋਣਾ ਹੈ। ਮੈਂ ਤਾਂ ਨੀਲ ਕਲੀਨ ਹਾਂ, ਹੁਣ ਮੈਨੂੰ ਕਹਿ ਰਹੇ ਮੇਕਅਪ ਕਰਨਾ, ਮੈਂ ਇੰਝ ਦਾ ਮੇਕਅਪ ਕਰਾਂ ਤੇਰੇ ਹੋਸ਼ ਗੁੰਮ ਕਰ ਦਿਉ? ਨਹੀਂ ਮੇਰੇ ਹੋਸ਼ ਕਾਹਲੇ ਗੁੰਮ ਕਰਨੇ, ਤੇਰੇ ਪਹਿਲਾਂ ਹੀ ਹੋਏ ਆ, ਗੁਰਪਤ ਨੇ ਇੰਨੇ ਕੀਤੇ ਆ। ਅੱਛਾ ਤੁਸੀਂ ਦੱਸੋ ਤੁਹਾਡਾ ਪਸੰਦੀਦਾ ਗਾਣਾ ਕਿਹੜਾ ਕੋਈ? ਮੇਰੇ ਪਸੰਦੀਦਾ ਗਾਣੇ ਬੜੇ ਆ ਗਏ, ਹੁਣ ਤੋਂ ਦੌਰ ਹੀ ਨਹੀਂ ਸੀ ਹੈਗਾ, ਨਹੀਂ ਤਾਂ ਮੈਡਮ ਨੂਰ ਜਹਾਂ ਦੇ ਬਾਰੇ ਵਿੱਚ ਐਸੀ ਕਲਾਕਾਰ, ਐਸੀ ਗੁਲੂਕਾਰ ਪੈਦਾ ਨਹੀਂ ਹੋ ਸਕਦੀ ਸਰ। ਹਾਂਜੀ ਮਾਸ਼ਾਅੱਲਾ ਮੈਡਮ ਨੂਰ ਜਹਾਂ ਜੀ ਬਹੁਤ ਪਿਆਰੇ ਗੁਲੂਕਾਰ, ਅਤੇ ਤੁਸੀਂ ਆਪਣੇ ਦੌਰ 'ਚ ਬੜਾ ਗਾਣਾ ਕੀਤਾ। ਕਿਹੜਾ? ਅਤੇ ਝਾਂਜਰ ਦੀ ਪਾਵਾਂ ਛਣਕਾਰ। ਹਾਂ ਜੀ, ਨਹੀਂ ਕਿ ਇੱਕ ਦੂਣੀ ਦੂਣੀ ਅਤੇ ਦੋ ਦੂਣੀ ਚਾਰ, ਝਾਂਜਰ ਦੀ ਪਾਵਾਂ ਛਣਕਾਰ। ਓਹੋ ਹੋਰ ਬੜੇ ਬੜੇ, ਕਦੀ ਯਾਰ ਕਵੀ ਪਾਰ, ਝਾਂਜਰ ਦੀ ਪਾਵਾਂ ਛਣਕਾਰ। ਗਜ਼ਲਾਂ ਬਹੁਤ ਬਹੁਤ ਅੱਛੀ। ਅੱਛਾ ਜੀ, ਰਾਤ ਪਹਿਲੀ ਹੈ ਤੇਰੇ ਸੁਰਮਈਆ ਚ ਆਏ, ਬਹੁਤ ਬੜਾ ਖੁਸ਼ਕ ਪੱਤੋਂ ਕੀ ਤਰ੍ਹਾਂ ਲੋਕ ਗੁੜੇ ਜਾਤੇ। ਓਹੋ ਲੇਕਿਨ ਤੁਸੀਂ ਤੋੜ ਸ਼ਹਿਰ ਵੀ ਅਬ ਲਗਤਾ ਹੈ ਜੰਗਲ, ਇਹ ਤੁਸੀਂ ਗੱਲ ਕੀਤੀ ਨਾ, ਸਦਾ ਬਾਹਰ ਗਜ਼ਲ ਹੈ। ਹਾਂਜੀ, ਖੁਸ਼ਕ ਪੱਤੋਂ ਕੀ ਤਰ੍ਹਾਂ ਲੋਕ ਉੜੇ ਜਾਤੇ ਹੈ, ਤੁਸੀਂ ਤੋੜ ਵੀ ਨਹੀਂ ਸਕਦੇ। ਹਾਂਜੀ, ਆਹੋ ਗਿੱਠਾ ਬੰਦਾ ਦਬਾਓ, ਮੋਢੇ ਤੇ ਬਿਠਾ ਲਓ, ਇਹ ਤੁਹਾਡੀ ਗੱਲ ਕਰ ਕੁੱਤਾ ਲਈ ਜਾਣ ਡੇ, ਤੁਹਾਡੀ ਗੱਲ ਕਰ, ਆਹੋ ਤੇਰੀ ਤੇ ਗੱਲ ਹੀ ਕੁੱਤੇ ਦਬਾਓ, ਗੁੱਟ ਤੇ ਬਿਠਾ ਲਓ। ਤੂੰ ਤਾਂ ਆਪਣੀ ਬੇਗਮ ਦੇ ਨਾਲ ਜਾਵਾਂ ਤੇ ਅਗਲੇ ਕਹਿੰਦੇ ਜੱਟੀ ਕੱਢਦੇ ਜੇ ਬੱਚਾ ਝੋਲੀ ਚ ਕਰ। ਕੋਮਲ ਜੀ ਤੁਸੀਂ ਮੇਰੇ ਤੋਂ ਨਹੀਂ ਸਫਰ, ਤੂੰ ਇੰਨਾ ਹੀ ਕਰ ਗਿਆ ਹੈ ਬੱਚਾ ਝੋਲੀ ਚ ਕਰ। ਮੈਂ ਗੱਲ ਤੁਹਾਡੀ ਕਰ ਰਿਹਾ ਸੀ, ਮੈਂ ਤੁਹਾਡੀ ਗੱਲ ਕਰ ਰਿਹਾ, ਆਪਣੇ ਗੱਲ ਨਹੀਂ ਆਉਣ ਦਿੰਦਾ ਤੂੰ ਏਡਾ ਕਿਤੇ ਪ੍ਰਵੇਸ਼ ਲਾਈ। ਨਹੀਂ ਤੁਸੀਂ ਮੈਡਮ ਮੇਰੀ ਗੱਲ ਨੂੰ ਜ਼ਰਾ ਸੀਰੀਅਸ ਲਵੋ, ਮੈਂ ਸੀਰੀਅਸ ਰੋਣ ਲੱਗ ਪਵਾਂ ਹੁਣ ਤੇਰੀ ਗੱਲ ਤੇ ਛੁਰੀ ਮਾਰ ਲਵਾਂ, ਕਿੰਨਾ ਕੁ ਸੀਰੀਅਸ ਹੋ ਜਾ, ਮੈਂ ਪਿੱਟਣ ਲੱਗ ਪਵਾਂ ਮੈਂ ਤੇਰੀ ਗੱਲ ਤੇ? ਮੈਂ ਤੁਹਾਡੀ ਚੀਜ਼ੀ ਖੋਲ ਹੀ ਰੋਣ ਲੱਗ ਪਵਾਂ। ਲੈ ਚੀਜ਼ੀ ਖੋਣ ਲਈ ਮੈਂ ਦੂਸਰੀ 'ਚ ਪੜ੍ਹਦੀ, ਮੈਂ ਤਾਂ ਵੈਸੇ ਪੁੱਛਿਆ ਤੁਹਾਨੂੰ, ਵੈਸੇ ਤਾਂ ਨਾ ਕਰ ਤੂੰ ਗੱਲ, ਬਾਕੀ ਤੁਹਾਡੀ ਐਨਕ ਬਹੁਤ ਅੱਛੀ ਲੱਗ ਰਹੀ। ਹਾਂ ਆਪਣੇ ਤੌਰ 'ਤੇ ਸੋਫੇ ਤੋਂ ਤਾਂ ਹੋ ਕੇ ਬੈਠਾ ਹੈ, ਫਿਰ ਥੱਲੇ ਲੱਗਣ ਡੇ ਆ, ਥੱਲੇ ਲੱਗਣ ਡਿਆ, ਮੈਂ ਹਾਂਡੀ ਹਾਂ ਥੱਲੇ, ਹਾਂਡੀ ਆ, ਤੂੰ ਤਾਂ ਹਾਂਡੀ ਨਾਲ ਵੀ ਬੁਰਾ ਹੈ ਮਰੇ, ਕੈਸਾ ਕੁੱਤੇ ਦੇ ਪੈਰ ਵਰਗਾ ਮੂੰਹ। ਕੋਮਲ ਜੀ ਤੁਸੀਂ ਕੀ ਕਰਨ ਡਿਆ, ਅੱਛੀ ਗੁਫ਼ਤਗੂ, ਤੁਸੀਂ ਸਟੂਡੀਓ 'ਚ ਬੈਠੇ ਹੋ, ਕੀ ਕਰਦੇ ਪਏ? ਸਾਰੀ ਆਵਾਮ ਸੁਣ ਰਹੀ, ਅੱਛੀ ਕਰੋ, ਅਤੇ ਪਟਰਾ ਤੁਸੀਂ ਸੱਪ ਫੜਨ ਵਾਲਾ ਲਿਆ ਵਾ, ਗੱਲਾਂ ਤੁਸੀਂ ਮੈਨੂੰ ਕਰੀ ਜਾਂਦੇ, ਤੁਸੀਂ 2 ਪੀਸ ਇੰਜ ਪਾਇਆ ਜੋ ਆਪਣੇ ਕੇਸ ਹੀ ਹਰੇ ਹੋ, ਬਾਹਰ ਕੀ ਜਿੱਤਣਾ ਤੁਸੀਂ? ਦੁਪੱਟਾ ਤੁਹਾਡਾ, ਤੁਹਾਨੂੰ ਗੌਰਮੈਂਟ ਵਾਲਿਆਂ ਨੇ ਕੰਮ ਤੋਂ ਜਵਾਬ ਦਿੱਤਾ, ਜੇ ਮੈਨੂੰ ਜੂਤਾਂ ਕਰਦਾ ਜੇ ਮੇਰਾ ਇੰਟਰਵਿਊ ਕਰਦਾ। ਨਹੀਂ ਮੈਡਮ, ਮੈਂ ਤੁਹਾਡੇ ਨਾਲ ਪਿਆਰ ਕਰਦਾ, ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ। ਬਸ ਹੁਣ ਕਿਸੇ ਦੌਰ ਦੇ ਵਿੱਚ ਐਸਾ ਹੁੰਦਾ ਸੀ, ਖਵਾਜਾ ਸਰਾ ਦੀ ਬੜੀ ਇੱਜ਼ਤ ਹੁੰਦੀ, ਲੋਕ ਬੜਾ ਪਿਆਰ ਕਰਦੇ ਹੁੰਦੇ ਸੀ, ਲੇਕਿਨ ਸਾਡੀ ਕੌਮ ਨੂੰ ਚਾਹੀਦਾ ਕਿ ਅਸੀਂ ਵੀ ਇਸ ਕੌਮ ਦਾ ਹਿੱਸਾ ਹੈ, ਠੀਕ ਹੈ ਕਿ ਨਹੀਂ, ਅਸੀਂ ਵੀ ਉਸ ਸੋਹਣੇ ਨਬੀ ਦੀ ਉਮਤ ਹੈ, ਸਾਨੂੰ ਵੀ ਪਿਆਰ ਕਰਨਾ ਚਾਹੀਦਾ ਹੈ, ਮੁਹੱਬਤ ਕਰਨੀ ਚਾਹੀਦੀ। ਨਹੀਂ ਜੀ ਤੁਹਾਡਾ ਰਾਈਟ ਹੈ, ਤੁਸੀਂ ਇਸ ਮੁਆਸ਼ਰੇ ਦਾ ਹਿੱਸਾ ਹੋ। ਦੇਖੋ ਅਸੀਂ ਅੱਜ ਤੁਹਾਨੂੰ ਇੱਕ ਸਟੂਡੀਓ 'ਚ ਬੁਲਾਇਆ, ਕੁਛ ਸਮਝ ਕੇ ਬੁਲਾਇਆ, ਇਸ ਕਰਕੇ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਕਰੋ ਨਾਜ਼ਰੀਨ ਦੇ ਨਾਲ, ਠੀਕ ਹੈ? ਤੁਹਾਡੇ ਦਿਲ ਦੀਆਂ ਜਿਹੜੀਆਂ ਗੱਲਾਂ ਤੁਸੀਂ ਆਵਾਮ ਨਾਲ ਕਰੋ। ਅਤੇ ਦੂਸਰਾ ਇੱਕ ਹੋਰ ਸਵਾਲ ਹੈ,
ਵੀ ਐਤਕੀ ਵੋਟ ਕਿਹਨੂੰ ਪਾਇਆ? ਮੈਂ ਨਹੀਂ ਦੱਸ ਸਕਦੀ ਵੋਟ ਕਿਹਨੂੰ ਪਾਇਆ, ਕਿਉਂਕਿ ਮੈਂ ਹਜੇ ਮਹੀਨਾ ਦੋ ਮਹੀਨੇ ਅਜੇ ਹੋਰ ਮੈਂ ਕੰਮ ਕਰਨਾ, ਮੈਂ ਕਰਜ਼ੇ ਲਾਉਣੇ ਆ, ਮਕਾਨ ਦੇ ਪੈਸੇ ਦੇਣੇ। ਇਹਦੀ ਕੀ ਗੱਲ? ਹਾਂ ਮੈਂ ਦੱਸ ਨਹੀਂ ਸਕਦੀ ਵੋਟ ਕਿਹਨੂੰ ਇਹ ਪਾਇਆ। ਕਿਹੜੀ ਗੱਲ ਜਿੱਥੇ ਹੋਈ? ਜਿਨ੍ਹਾਂ ਨੇ ਪਾਇਆ ਆ ਉਹਨਾਂ ਨੂੰ ਪੁੱਛ ਕੇ ਵੇਖ ਲਓ ਵੋਟ ਕਿੱਦਾਂ ਪਾ ਕੇ ਆ ਅਤੇ ਕਿੱਦਾਂ ਭੁਗਤਣ ਡਿਆ। ਕੀ ਮਤਲਬ ਕਿਹਨੇ ਵੋਟ ਪਾਇਆ? ਵੋਟ ਅਸੀਂ ਕਿਉਂ ਦਈਏ ਇਹਨਾਂ ਨੂੰ? ਜੇ ਅਸੀਂ ਵੋਟ ਪਾ ਦਿੰਦੇ ਹਾਂ ਸਾਡੀ ਹਕੂਮਤ ਨੂੰ ਚਾਹੀਦਾ ਸਾਡਾ ਵੀ ਖਿਆਲ ਕਰਨ, ਅਸੀਂ ਇਨਸਾਨ ਨੇ ਹਕੂਮਤ ਨੂੰ ਖਿਆਲ ਕਰਨਾ ਚਾਹੀਦਾ। ਸਾਨੂੰ ਤੇਰੇ ਵਰਗਾ ਮਧਰਾ ਜਿਹਾ ਬੰਦਾ ਛੇੜ ਕੇ ਚਲੇ ਜਾਂਦਾ, ਦੱਸੋ ਹੁਣ ਗੱਲ ਬਣਦੀ ਹੈ? ਨਹੀਂ ਛੇੜ ਕੇ ਮੈਂ ਤੁਹਾਡੇ ਵੱਟਾ ਮਾਰਤਾ। ਨਹੀਂ ਵੱਟਾ ਕਰ ਮਾਰਦਾ ਕੀ ਗੱਲ, ਵੱਟਾ ਮਾਰਦਾ ਵੱਟਾ ਮਾਰ ਕੇ ਵੇਖ ਜੇ ਮੈਂ ਤੇਰਾ ਵੱਟਾ ਨਾ ਮਾਰਾ। ਨਹੀਂ ਨਹੀਂ ਮੈਡਮ, ਤੁਸੀਂ ਮੇਰੇ ਦੁਆਲੇ ਨਾ ਹੋਵੋ। ਨਹੀਂ ਮੈਂ ਤੈਨੂੰ ਕਹਿ ਰਹੀ, ਸਾਡੀ ਹਕੂਮਤ ਨੂੰ ਸਾਡੇ ਨਾਲ ਪਿਆਰ ਕਰਨਾ ਚਾਹੀਦਾ, ਮੁਹੱਬਤ ਕਰਨੀ ਚਾਹੀਦੀ, ਸਾਡਾ ਖਿਆਲ ਰੱਖਣਾ ਚਾਹੀਦਾ। ਜਿੰਨੇ ਇੱਥੇ ਮੌਤ ਦੇ ਖੂਹ ਆ ਸਾਰੇ ਸਟੀਲ ਦੇ ਬਣਾਉਣੇ ਚਾਹੀਦੇ, ਨੰਬਰ ਦੇ ਠੀਪਾ ਬੰਦ ਕਰਨਾ ਚਾਹੀਦਾ। ਇਹ ਤੇ ਠੀਪੇ ਦੇ ਕੀ ਨੁਕਸਾਨਾਤ ਨੇ? ਠੀਪਾ ਸਾਡੇ ਉੱਤੋਂ ਠੀਪਾ ਮਾਰਦੇ, ਸਾਡੀ ਰਾਤੀ ਉਹਨਾਂ ਨੇ ਕਿੰਨੇ ਠੀਪਾ ਮਾਰਿਆ, ਮੇਰੇ ਨਾਲ ਸੀ ਕਿਸ਼ਵਰ, ਠੀਕ ਹੈ ਕਿ ਨਹੀਂ, ਚੰਗੀ ਬੜੀ ਸੋਹਣੀ ਨੱਚਣ ਨਹੀਂ, ਉਹਨੇ ਠੀਪਾ ਮਾਰਿਆ, ਉਹਦੀ ਅੱਖ 'ਚ ਵੱਜਿਆ, ਅੱਖ ਜ਼ਾਇਆ ਹੋ ਗਈ। ਓਏ ਹੋਏ ਹੋਏ ਹੋਏ! ਉੱਤੋਂ ਦੂਸਰੀ ਗੱਲ ਹੈ, ਥੱਲੋਂ ਚਾਹ ਬੰਦ ਕਰੋ। ਉਹ ਕਿਉਂ? ਕਦੇ ਵੀ ਮੌਤ ਦੇ ਖੂਹ ਦੇ ਉੱਤੇ ਚਾਹ ਨਾ ਲੈ ਕੇ ਜਾਓ। ਮੈਂ ਚੰਗੀ ਭਾਰੀ ਨੱਚਣ ਨਹੀਂ, ਇੱਕ ਬੰਦਾ ਉੱਤੇ ਚਾਹ ਸੀ ਅਚਾਨਕ ਉਹਦੇ ਕੋਲ ਫੜੀ, ਉਹਨੇ ਸਿੱਧੀ ਧਾਰ ਮਾਰੀ, ਮੇਰੀ ਸਾਰੇ ਧਾਰ ਇੱਥੇ ਹੋ ਗਈ, ਮੈਂ ਤੈਨੂੰ ਦੱਸ ਨਹੀਂ ਸਕਦਾ ਕਿੱਥੇ ਤੱਕ ਮੈਂ ਸੜ ਗਈ। ਧਾਰ ਤੁਹਾਡੇ ਸਿਰ 'ਚ ਪਾਤੀ? ਸਿਰ 'ਚ ਪਾਤੀ, ਧਾਰ ਮੇਰੇ ਪੈਰਾਂ ਤੱਕ ਆ ਗਈ। ਉਹ ਐਡੀ ਲੰਮੀ ਧਾਰ? ਐਡੀ ਲੰਮੀ ਧਾਰ ਤੇ ਐਡੀ ਗਰਮ ਧਾਰ? ਓਏ ਹੋਏ ਹੋਏ! ਐਸ ਤੜਫਾ ਕੇ ਰੱਖਦਾ ਸੌਤਰ ਜਾਣੇ ਨੇ ਚਾਹ ਡੋਲ ਕੇ ਮੈਨੂੰ? ਨਾ ਮੈਡਮ ਨਾ। ਅੱਛਾ ਦੇਖੋ ਨਾ, ਚਾਹ ਨਾ ਇਹੀ ਪ੍ਰੋਬਲਮ ਆਉਂਦੀ ਆ, ਅਗਰ ਮੂੰਹ ਦੇ ਵਿੱਚ ਦੱਸਾਂ ਦਾ ਨੋਟ ਪਾ ਲੈਗੇ, ਕਹਿੰਦੇ ਮੂੰਹ ਨਾ ਫੜ। ਉਹ ਇਹ ਵੀ ਜ਼ਿਆਦਤੀ। ਅਸੀਂ ਮੂੰਹ ਨਾ ਫੜੀਏ ਕਿਤੇ ਅਗਲੇ ਦਾ ਮੂੰਹ, ਸਾਨੂੰ ਵੈਸੇ ਇੰਜ ਲੱਗਣ ਲੱਗ ਪੈਂਦਾ ਪਤਾ ਨਹੀਂ ਜਾਨ ਕੱਢਣ ਆਇਆ ਸਾਡੀ। ਹਾਂ ਨਹੀਂ, ਤੁਸੀਂ ਇਸ ਤਰ੍ਹਾਂ ਕਰੋ, ਜਿਹੜਾ ਤੈਨੂੰ ਕਹੋ ਮੂੰਹ ਨਾ ਫੜੋ, ਤੁਸੀਂ ਪਲਾਸ ਲੈ ਲਓ, ਤਾਂ ਪਲਾਸ ਨਾ ਫੜ ਲਿਆ। ਜੋ ਪੈਸੇ ਅਰਥ ਕਰਦੇ ਆ? ਨਹੀਂ ਮੈਂ ਬਹਿਤਰ ਸ਼ਾਟ ਕਰਦੇ ਆ ਪੈਸੇ ਕਹਿ ਦੇਖਿਆ। ਤੂੰ ਗਿੱਠਾ ਬੰਦਾ, ਤੈਨੂੰ ਅੱਛੀ ਗੱਲ ਨਹੀਂ ਆਉਂਦੀ, ਮੈਨੂੰ ਪਤਾ ਹੈ, ਗਿੱਠੇ ਬੰਦੇ ਨੂੰ ਕਦੀ ਅੱਛੀ ਗੱਲ ਨਹੀਂ ਆਏ। ਅੱਛਾ ਜੀ, ਇਹ ਵਕੀਲ ਵੀ ਹੋਇਆ ਤੇ ਕੇਸ ਨਾਲ ਦਿਨ ਹਾਰ ਜਾਂਦਾ। ਨਹੀਂ ਮੈਂ ਤਾਂ ਅੱਛਾ, ਫੇਰ ਕੇਸ ਵੀ ਆਪਣੇ ਜੋਗੇ ਹੁੰਦੇ ਆ। ਚਲੋ ਆਪਣੇ ਕੇਸ, ਆਪਣੀ ਪਰੇਸ਼ਾਨੀਆਂ ਦੱਸੋ, ਤੁਸੀਂ ਤਾਂ ਮੇਰੇ ਦਿਵਾਲੀ ਹੋ ਗਏ। ਨਹੀਂ ਤੁਸੀਂ ਕਿਉਂ ਇੰਜ ਦੀ ਗੱਲ ਕਰ ਰਹੇ? ਸਵਾਲ ਉਹ ਕਰੋ ਜਿਹੜੇ ਕਰਨ ਵਾਲਾ। ਉਹ ਸੌ ਜ਼ਿਆਦਾ ਕਰਦੀ ਹੈ? ਸੌ ਜ਼ਿਆਦਾ ਕਿਉਂ ਕਰ ਲਈਏ ਕੀ ਗੱਲ? ਤੁਸੀਂ ਜਿੱਦਾਂ, ਚਲੋ ਤੁਸੀਂ ਇਹ ਦੱਸੋ ਫਿਰ ਮੁੜ ਕੇ, ਫਿਰ ਬਸ ਹਕੂਮਤ ਨੂੰ ਸਾਡਾ ਖਿਆਲ ਕਰਨਾ ਚਾਹੀਦਾ। ਤੁਹਾਡੇ ਆਲੇ ਦੁਆਲੇ ਤਾਰ ਲਵਾ ਦੇਣ, ਵੀ ਖਿਆਲ ਕੀ ਕਰਨ? ਸਾਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ, ਸਾਡੇ ਘਰਾਂ 'ਚ ਰਾਸ਼ਨ ਪਾਇਆ ਜਾਵੇ, ਸਾਡੀ ਇੱਜ਼ਤਾਂ ਦਾ ਤਹੱਫ਼ੁਜ਼ ਕੀਤਾ ਜਾਵੇ, ਇਹਨੇ ਘਰਾਂ 'ਚ ਰਾਸ਼ਨ ਸਕਿਓਰਿਟੀ ਦਿੱਤੀ ਜਾਵੇ, ਜਿੱਥੇ ਅਸੀਂ ਡਾਂਸ ਕਰਨ ਜਾਈਏ ਸਾਨੂੰ 2 ਡਾਲੇ ਪੁਲਿਸ ਦੇ ਦਿੱਤੇ ਜਾਣ। ਸ਼ਾਬਾਸ਼! ਯਾਨੀ ਕਿ ਐਡਾ ਸਖਤ ਡਾਂਸ ਕਰਨਾ ਤੁਸੀਂ, ਯਾਨੀ ਕਿ ਪੁਲਿਸ ਦੇ ਡਾਲੇ ਵੀ 2 ਹੀ ਮੰਗਾ ਲਏ? ਹਾਂ, ਇਹ ਸਖਤੀ ਹੁੰਦਾ ਹੈ, ਇੱਕ ਪੌਂਡਾ ਹੁੰਦਾ, 32 ਬੰਦਿਆਂ ਨੇ ਪੀਤਾ ਹੁੰਦਾ, ਕੌਣ ਸਾਂਭੇ ਉਹਨਾਂ ਨੂੰ? ਹਾਂ ਗੱਲ ਤਾਂ ਸਹੀ। ਹਾਂ ਨਹੀਂ ਵੈਸੇ ਜਿੱਡਾ ਤੁਹਾਡਾ ਜੁੱਸਾ ਤੁਸੀਂ ਸਾਂਭ ਸਕਦੇ ਹੋ। ਉਹ ਤੋਂ ਪੌਂਡੇ ਦੇ ਨਾਲ ਕੋਈ ਇਹ ਨਹੀਂ, ਕੋਈ ਸੇਬ ਰੱਖ ਲੈਣ, ਕੋਈ ਨਮਕ ਫੜਿਆ ਹੁੰਦਾ, ਕਾਲਾ ਨਮਕ ਚੱਟੀ ਜਾਂਦੇ ਪੀ ਜਾਂਦੇ, ਉਹਨਾਂ ਨੂੰ ਇਹ ਨਹੀਂ ਪਤਾ ਹੈ ਕਿ ਕੌਣ ਆਈ ਹੈ ਕੌਣ ਜਾਏ। ਨਹੀਂ ਨਹੀਂ ਇਹ ਤੁਹਾਡਾ ਮੁਤਾਲਬਾ ਸੀ, ਅੱਗੇ ਪੂਰਾ ਕਰਵਾਵਾਂਗੇ, ਤੁਹਾਡੇ ਨਾਲ ਹਾਂ ਅਸੀਂ, ਤੁਸੀਂ ਸਾਡਾ ਖਿਆਲ ਕਰਿਓ ਹਕੂਮਤ, ਬੇਫਿਕਰ ਸ਼ਨਾਖਤੀ ਕਾਰਡ ਬਣਨੇ ਚਾਹੀਦੇ, ਸਾਡੇ MP MLA ਨੇ ਹੋਣੇ ਚਾਹੀਦੇ ਆਪੇ, ਸਹੀ ਸਾਡੀ ਤਕਲੀਫ ਦੇ ਨਾਲ ਸਾਨੂੰ, ਸਾਡੀ ਤਕਲੀਫ ਰਫੂ ਕਰੇ, ਸਾਡੀ ਮੁਸ਼ਕਿਲ ਆਸਾਨ ਕਰੇ। ਅੱਛਾ ਕੋਮਲ ਜੀ, ਅਗਰ ਤੁਸੀਂ ਕੱਲ੍ਹ ਨੂੰ MNA ਜਾਂ MPA ਬਣ ਜਾਂਦੇ ਹੋ, ਤੁਸੀਂ ਆਪਣੀ ਆਵਾਮ ਨੂੰ ਕੀ ਰਿਲੀਫ ਦਿਓਗੇ, ਕੀ ਕਰੋਗੇ ਉਹਨਾਂ ਵਾਸਤੇ? ਮੈਂ ਆਪਣੀ ਆਵਾਮ ਵਾਸਤੇ, ਜਿਹਨਾਂ ਨੇ ਮੈਨੂੰ ਵੋਟ ਦਿੱਤੀ, ਮੈਂ ਉਹਨਾਂ ਵਾਸਤੇ ਜਾਨ ਦੇਣ ਨੂੰ ਤਿਆਰ ਹਾਂ। ਨੰਬਰ 1 ਤਾਂ ਮੈਂ ਇਹ ਇੱਕ ਫਾਇਦਾ ਇਹਨਾਂ ਨੂੰ ਇਹ ਦੇ ਸਕਦੀ ਹਾਂ ਕਿ ਸਭ ਮੇਰੇ ਇਲਾਕੇ ਦੇ ਵਿੱਚ ਜਿੱਥੇ ਜਿੱਥੇ ਵੀ ਮੇਰੇ ਭੈਣ ਭਰਾ ਉਹਨਾਂ ਦੇ ਘਰ ਅੱਲਾ ਖੁਸ਼ੀ ਦਿਖਾਵੇ, ਪੁੱਤਰ ਹੋਵੇਗਾ, ਹਕੂਮਤ ਫਰੀ ਨੱਚੇਗੀ। ਯਾਨੀ ਕਿ ਉਹ ਹੋ ਠੀਕ 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 ਹੈ ਨਹੀਂ, ਯਾਨੀ ਕਿ ਤੁਸੀਂ ਫੈਸਿਲਿਟੀ ਦੇ ਰਹੇ ਹੋ ਕਿ ਤੁਸੀਂ ਫਰੀ ਨੱਚੋਗੇ? ਹਾਂ ਫਰੀ ਨੱਚਾਂਗੇ, ਸ਼ਾਦੀ ਹੋਏਗੀ ਫਰੀ ਨੱਚਾਂਗੇ।
ਠੀਕ ਹੈ ਕਿ ਨਹੀਂ, ਬੱਚਾ ਬੱਚੀ ਹੋਏ ਅਸੀਂ ਫ੍ਰੀ ਨੱਚਾਂਗੇ। ਅੱਛਾ, ਅਗਰ ਤੁਹਾਨੂੰ ਉੱਤੋਂ ਪੈਸਾ ਕੋਈ ਨਾ ਹੋਇਆ ਫਿਰ? ਕਿਉਂ ਨਾ, ਕਿਉਂ ਨਾ ਹੋਇਆ, ਮੈਂ ਫ੍ਰੀ ਨੱਚਣ ਡਈ ਹਾਂ ਤਾਂ ਉੱਤੋਂ ਤਾਂ ਪੈਸੇ ਦੇਣੇ ਬਣਦੇ ਕਿ ਨਹੀਂ ਬਣਦੇ ਹੈਗੇ? ਹਾਂ ਬਿਲਕੁਲ। ਉੱਤਲੇ ਪੈਸੇ ਮੈਂ ਕਿੱਦਾਂ ਛੱਡ ਦੇਵਾਂ? ਇਹਦਾ ਮਕਸਦ ਮੈਂ 2.5 ਘੰਟੇ ਨੱਚਦੀ ਰਹਾਂ ਅਤੇ ਉੱਤੋਂ ਕੁਛ ਵੀ ਨਾ ਹੋਵੇ? ਬੜੀ ਗੱਲ ਵੈਸੇ ਕਰ ਰਹੇ ਹਾਂ। ਮੈਂ ਜਿਹੜਾ ਕਹਿ ਰਹੇ, ਜਿਹੜੇ ਅਸੀਂ ਐਡਵਾਂਸ ਲੈ ਕੇ ਜਾਂਦੀ ਹਾਂ ਕਿ ਸਾਨੂੰ 1,00,000 ਰੁਪਏ ਐਡਵਾਂਸ ਦੇ ਦਿਓ, ਅਸੀਂ 5 ਜਣੀਆਂ ਆਵਾਂਗੇ 6 ਜਣੀਆਂ ਆਵਾਂਗੇ, ਅਸੀਂ ਇਹ ਉਹਨਾਂ ਕੋਲ ਐਡਵਾਂਸ ਲੈਣਾ ਬੰਦ ਕਰ ਦਿਆਂਗੇ। ਅਸੀਂ ਕਹਾਂਗੇ ਅਸੀਂ ਫ੍ਰੀ ਆਵਾਂਗੇ ਤੁਹਾਡੀ ਖੁਸ਼ੀ ਦੇ ਵਿੱਚ। ਅੱਛਾ, ਤੁਸੀਂ ਜਿਹੜੇ ਪੈਸੇ ਉੱਤੋਂ ਹੋਣੇ ਆ ਉਹ ਤਾਂ ਸਾਡੇ ਪੈਸੇ ਆ, ਅਤੇ ਜੇ ਉੱਤੋਂ ਨਹੀਂ ਦੇਣੇ ਹੈਗਾ ਅਸੀਂ ਲੂਣ ਜਾਣਾ ਫਿਰ ਉਹਨਾਂ ਨੂੰ? ਅਸੀਂ ਕੀ ਕਰਨ ਜਾਣਾ ਆ ਜੇ ਸਾਨੂੰ ਉੱਤੋਂ ਪੈਸੇ ਹੀ ਨਹੀਂ ਦੇਣੇ? ਸਾਨੂੰ ਕਈ ਕਹਿੰਦੇ ਪ੍ਰੋਗਰਾਮ ਆ ਜੀ ਆ ਜਾਓ, ਤੁਹਾਨੂੰ ਐਡਵਾਂਸ ਨਹੀਂ ਦੇਵਾਂਗੇ, ਉੱਤੋਂ ਪੈਸੇ ਹੋਣ ਲੱਗ ਪੈਣਗੇ ਜੇ ਉੱਤੋਂ ਬਾਰਿਸ਼ ਹੋ ਗਈ ਹੋਈ। ਅੱਲਾ ਦੇ ਕੰਮਾਂ 'ਚ ਕੋਈ ਬੋਲ ਸਕਦਾ? ਬਿਲਕੁਲ ਸਹੀ, ਫਿਰ ਸਹੀ ਕਰ। ਅਸੀਂ ਤਾਂ ਕੱਪੜੇ ਗਿੱਲੇ ਲੈ ਕੇ ਘਰ ਆ ਗਏ ਹਾਂ, ਪੱਲੇ ਸਾਡਾ ਕੁਛ ਵੀ ਨਹੀਂ ਹੈਗਾ। ਆਪ ਹੀ ਅਗਲੇ ਨੇ ਕਾਪੀ ਮਾਰੀ ਆ, ਹਨੇਰੀ ਆ ਗਈ ਹੈ ਅਤੇ ਦਿਲ ਕਰ ਪੈਸੇ ਉੜ ਕੇ ਗੱਟ ਵਾਲੇ ਚਲ ਗਏ, ਗੱਟ ਵਾਲੇ ਚਲੇ ਜਾਣ ਤੇਰੇ ਕਿੱਠੇ ਨਿਆਣੇ ਤੇ ਜਾ ਕੇ ਚੁੱਕ ਲਿਆਉਣਗੇ, ਅਸੀਂ ਕਿੱਦਾਂ ਜਾਵਾਂਗੇ? ਸਾਨੂੰ ਤਾਂ ਜਾਂਦੇ ਹਾਂ ਵੀ 2 ਹਫ਼ਤੇ ਲੱਗਣੇ। ਨਹੀਂ, ਤੁਸੀਂ ਮੇਰੇ ਦੁਆਲੇ ਕਿਉਂ ਮੈਡਮ? ਨਹੀਂ ਨਹੀਂ, ਤੁਸੀਂ ਤਾਂ ਬੱਚਿਆਂ 'ਚ ਵੀ ਖੇਡ ਕੇ ਆਪਣਾ ਵਕਤ ਪੂਰਾ ਕਰ ਜਾਣਾ। ਫਿਰ ਮੈਂ ਤਾਂ ਤੁਹਾਨੂੂੰ ਪੁੱਛ ਰਿਹਾ ਵੀ ਮੈਂ ਤਾਂ ਕਿੱਠੇ ਬੰਦੇ ਦੀ ਗੱਲ ਕਰਦਾ। ਅੱਛਾ, ਹੋਰ ਤੁਸੀਂ ਕੀ ਕਰੋਗੇ? ਮੈਂ ਉਸ ਤੋਂ ਬਾਅਦ ਅਸੀਂ ਜਿੱਥੇ ਜਿੱਥੇ ਸ਼ਾਦੀਆਂ ਸੀ ਫ੍ਰੀ ਨੱਚਾਂਗੇ। ਔਰ ਦੂਸਰੀ ਗੱਲ ਹੈਗੀ ਹੈ, ਅਸੀਂ ਆਪਣੀ ਕੌਮ ਵਾਸਤੇ, ਆਪਣੇ ਮਹੱਲੇਦਾਰਾਂ ਵਾਸਤੇ ਅਸੀਂ ਹੈਲਪ ਕਰਾਂਗੇ ਉਹਨਾਂ ਦੀ। ਜਿੱਥੇ ਸਾਨੂੰ ਰਾਸ਼ਨ ਮਿਲੇਗਾ ਅਸੀਂ ਉਹਨਾਂ ਨੂੰ ਵੀ ਲਿਆ ਕੇ ਦੇਵਾਂਗੇ, ਜੇ ਬਹੁਤੀ ਗੱਲ ਹੋ ਤਾਂ ਅਸੀਂ ਆਪਣੇ ਨਾਲ ਉਹਨਾਂ ਨੂੰ ਕੰਮ 'ਤੇ ਲੈ ਜਾਵਾਂਗੇ। ਯਾਨੀ ਕਿ ਤੁਸੀਂ ਸਾਰੀ ਆਵਾਮ ਡਾਂਸ 'ਤੇ ਲਾ ਦਿਓ? ਡਾਂਸ 'ਤੇ ਲਾ ਦਿਓ, ਜਿਹੜਾ ਕੰਮ ਅਸੀਂ ਕਰਨਾ ਉਹ ਹੀ ਕਰਨਾ। ਔਰ ਮਸ਼ੀਸ਼ਾ ਫੈਕਟਰੀ ਲੈ ਜਾਵਾਂ ਇਹਨਾਂ ਨੂੰ, ਮੈਂ 2 ਗਾਣੇ ਕਰ ਦਿੰਦੀ, ਚਲੋ ਇੱਕ ਤਾਂ ਨਾਲ ਕਰਨਗੇ ਮਹੱਲੇਦਾਰ। ਨਹੀਂ, ਤੁਹਾਡਾ ਜਿੰਨਾ ਵਜ਼ਨ, ਮੈਨੂੰ ਲੱਗਦਾ ਤੁਹਾਡੇ ਆਪਣੇ ਠੁਮਕੇ ਬੰਦ ਹੋਏ। ਕਿਉਂ ਠੁਮਕੇ ਕੋ ਬੰਦ ਹੋਏ? ਤੂੰ ਆਪਣੀ ਬਕਵਾਸ ਬੰਦ ਕਰ, ਸਮਝ ਲੱਗੀ ਨਾ? ਦੁਸ਼ਮਣਾਂ ਦੇ ਠੁਮਕੇ ਬੰਦ ਹੋਣ, ਤੇਰੇ ਠੁਮਕੇ ਬੰਦ ਹੋਵੇ, ਜਿਹੜੇ ਤੂੰ ਚੌਂ ਚੌਂ ਕਰੀ ਜਾਣਾ ਹਟਦਾ ਹੀ ਨਹੀਂ। ਨਹੀਂ, ਦੇਖੋ ਨਾ ਮੈਡਮ ਜੀ, ਤੁਹਾਡੀ ਤਾਂ ਆਪਣੀ ਚਰਬੀ ਇੰਨੀ ਚੜੀ ਵੀ ਦਿਲ ਕਰੇ ਸਾੜ ਕੇ 2 ਪੀਪੇ ਘੇ ਦੇ ਬਣ ਜਾਣ। ਗਿੱਠੇ ਬੰਦੇ ਨੇ ਵੀ ਕੀ ਜ਼ਿੰਦਗੀ ਵਿੱਚ ਦੌੜਾ ਜਾਵੇ ਜੀ, ਜੇ ਕੁੱਤਾ ਤੇਰੇ ਸਿਰ 'ਚ ਵੱਜੇ ਆ। ਅੱਛਾ, ਇਹ ਗੱਲ ਨੂੰ ਛੱਡੋ, ਅਗਲੀ ਗੱਲ ਦੱਸੋ। ਇਹ ਮੈਨੂੰ ਦੱਸੋ ਵੀ ਅਕਸਰ ਹੁੰਦਾ ਨਾ ਗਲੀਆਂ 'ਚ ਪ੍ਰੋਬਲਮ ਬਣ ਜਾਂਦਾ ਕਿ ਸੀਵਰੇਜ ਦਾ ਪ੍ਰੋਬਲਮ ਬਣ ਜਾਂਦਾ, ਨਾਲੀਆਂ ਬੰਦ ਹੋ ਗਈਆਂ, ਅਤੇ ਤੁਸੀਂ ਕੀ ਕਰੋਗੇ ਇਸ ਸਿਸਟਮ ਵਾਸਤੇ, ਨਿਜ਼ਾਮ ਵਾਸਤੇ? ਜਿਹੜੀ ਜਿਹੜੀ ਪਾਣੀ ਖੜਾ ਹੋਵੇ। ਹਾਂਜੀ, ਠੀਕ ਹੈ ਕਿ ਨਹੀਂ? ਮਹੱਲੇ ਦੇ ਵਿੱਚ ਕਿੰਨੇ ਕੁ ਬੰਦੇ ਹੁੰਦੇ? ਮਹੱਲੇ 'ਚ ਤਕਰੀਬਨ ਹੁੰਦਾ 5-7 ਹਜ਼ਾਰ ਬੰਦਾ। 5-7 ਹਜ਼ਾਰ ਬੰਦਾ ਘੁੱਟ ਘੁੱਟ ਪੀਵੇ, ਪਾਣੀ ਖਤਮ ਹੋ ਜਾਂਦਾ, ਮੈਨੂੰ ਜ਼ਰੂਰ ਬੁਲਾਉਣਾ ਹੈ। ਨਹੀਂ, ਤੁਸੀਂ ਇਹਦਾ ਕੋਈ ਹੱਲ ਨਹੀਂ ਕੱਢੋ। ਪਾਣੀ ਜੋ ਖੜਾ ਆ ਤਾਂ ਮਹੱਲੇ 'ਚ 7 ਹਜ਼ਾਰ ਬੰਦਾ ਆ, ਘੁੱਟ ਘੁੱਟ ਪੀਵੇ ਤਾਂ ਵੀ ਪਾਣੀ ਖਤਮ ਹੋ ਜਾਂਦਾ। ਮੈਨੂੰ ਜੋ ਅੱਧੀ ਰਾਤ ਨੂੰ ਜਗਾਉਣਾ ਸੀ ਤਾਂ ਅੱਗੋਂ ਫੰਕਸ਼ਨ ਤੋਂ ਆਈਆਂ ਹੁੰਦੀਆਂ, ਉੱਥੋਂ 3 ਵਜੇ ਮੈਂ ਜਾ ਕੇ ਇਹਨਾਂ ਦਾ ਪਾਣੀ ਕੱਢਣ ਵਾਸਤੇ ਜਾਵਾਂ ਵੀ ਮੈਂ ਬਾਲਟੀਆਂ ਲੈ ਕੇ ਮਹੱਲੇ 'ਚ ਪਾਣੀ ਕੱਢਣ ਲੱਗ ਪਵਾਂ? ਮੈਡਮ, ਕਿਸੇ ਦਾ ਦੇਖੋ ਨਾ ਵੀ ਗਟਰ ਬੰਦ ਹੋ ਜਾਂਦਾ, ਕਿਸੇ ਦੀ ਨਾਲੀ ਬੰਦ ਹੋ ਜਾਂਦਾ, ਸਾਡਾ ਤਾਂ ਉਹਦਾ ਸਫਾਈ ਵਾਲਾ ਹੀ ਹੋ ਗਿਆ ਨਾ, ਇਹ ਕੌਮ ਦੀ ਇਹ ਖਿਦਮਤ ਨਾ ਹੋਈ। ਨਹੀਂ ਦੇਖੋ ਨਾ, ਹੁਣ ਕਿਸੇ ਦਾ ਮਿਸਾਲ ਨਾਲੀ ਬੰਦ ਹੋ ਗਈ ਹੈ, ਗਟਰ ਬੰਦ ਹੋ ਗਿਆ, ਇਹ ਤੁਸੀਂ ਸਰੀਏ ਨਾ ਖੋਲੋਗੇ ਜਾਂ ਠੁਮਕਾ ਮਾਰ ਕੇ ਖੋਲੋਗੇ? ਨਹੀਂ, ਅਸੀਂ ਠੁਮਕਾ ਮਾਰ ਕੇ ਸਰੀਏ ਦੇ ਨਾ ਵਿੱਚ ਦੇ ਕੇ ਨਾ ਅਤੇ ਸਰੀਏ ਦੇ ਉੱਤੇ ਠੁਮਕਾ ਮਾਰਾਂਗੇ, ਡੱਕਾ ਖੁੱਲ ਜਾਏਗਾ। ਵੈਰੀ ਗੁੱਡ। ਲੱਖ ਲਾਣਤ ਹੈ ਤੇਰੇ ਸਵਾਲ ਕਰਨ 'ਤੇ, ਸ਼ਰਮ ਨਹੀਂ ਆਉਂਦੀ ਹੈਗੀ ਸਵਾਲ ਕਰਦੇ ਨੂੰ। ਅੱਛਾ, ਇੱਕ ਛੋਟਾ ਜਿਹਾ, ਮੈਂ ਕਿਉਂ ਜਾ ਕੇ ਡੱਕਾ ਖੋਲਾਂ? ਨਹੀਂ, ਮੈਂ ਵੈਸੇ ਜਿਹਨਾਂ ਦੀ ਡਿਊਟੀ ਲੱਗੀ ਹੁੰਦੀ ਉਹ ਡੱਕਾ ਖੋਲਣ, ਅਤੇ ਤੁਸੀਂ ਆਪਣੀ ਲਵਾ ਲਓ। ਮੈਂ ਕਿਹਾ ਮੈਂ ਆਪਣੀ ਕੋਲ ਆਵਾਂ, ਬੜਾ ਸੁਨਿਆਰਾਂ ਦਾ ਕੰਮ ਆ ਵੀ ਮੈਂ ਆਪਣੀ ਲਵਾ ਲਵਾਂ। ਮੈਂ ਉੱਥੇ ਜਾ ਕੇ ਟੋਪਸ ਬਣਾਉਣੇ ਆ ਅਤੇ ਮੈਂ ਅੰਗੂਠੀਆਂ ਤਿਆਰ ਕਰਨੀਆਂ, ਮੈਂ ਤਾਂ ਗਟਰ ਦੇ ਕੋਲੋਂ ਨਹੀਂ ਲੰਘਦੀ, ਮੈਂ ਤਾਂ ਤੇਰੇ ਕੋਲੋਂ ਨਹੀਂ ਲੰਘਦੀ। ਅਤੇ ਮੈਂ ਤੁਹਾਡੇ ਸਿਗਰਟ ਲਾਤੀ, ਕੀ ਪਤਾ ਤੇਰੇ ਕੋਲ ਗਿੱਟਾ ਬੰਦਾ ਨਹਾਉਂਦਾ ਵੀ ਮਹੀਨੇ ਬਾਅਦ ਹੁੰਦਾ। ਮੈਡਮ, ਤੁਸੀਂ ਕੀ ਕਰੀ ਜਾਣ ਦੇ? ਅੱਛਾ, ਬੰਦਾ ਜੇ ਟੂਟੀ ਥੱਲੇ ਲੱਗੀ ਹੋਵੇ ਤਾਰ ਵੀ ਖਲੋ ਕੇ ਨਹਾ ਲੈਂਦਾ। ਇੱਕ ਹੋਰ ਸਵਾਲ, ਮੋਟਰਸਾਈਕਲ ਤੈਨੂੰ ਵੱਡੀ ਦੇ ਰਹੀ ਹੈ, ਤੂੰ ਸਟਾਰਟ ਨਹੀਂ ਕਰ ਸਕਦਾ, ਪਹਿਲਾਂ ਤਾਂ ਥੜੀ ਲੱਭਣੀ ਹੈ ਵੀ ਜਿਹਨਾਂ ਦੀ ਥੜੀ 'ਤੇ ਚੜ੍ਹ ਕੇ ਅਤੇ ਉੱਤੇ ਚੜ੍ਹ ਕੇ ਅਤੇ ਫੇਰ ਕੇ ਮਾਰ। ਮੈਡਮ, ਸੈਲਫ ਸਟਾਰਟ ਆ ਗਈ ਹਾਂ।
ਤੁਸੀਂ ਰੈਨਕ ਲਾ ਕੇ ਮਾਰਕੀਟ 'ਚ ਦੇਖੋ, ਤੁਹਾਨੂੰ ਪਤਾ ਲੱਗੇਗਾ ਤਰ ਹੋਰ ਗਈ ਉਹ ਗਿਆ। ਜਿਹੜੇ ਲੈ ਲਈ ਉਹਨਾਂ ਨੇ ਲੈ ਲਈ, ਤੂੰ ਤਾਂ ਸਾਈਕਲ ਨਹੀਂ ਅੱਜ ਤੱਕ ਲੈ ਸਕਦਾ। ਅੱਛਾ ਅਗਲਾ ਸਵਾਲ, ਮਹੱਲੇ 'ਚ ਅਕਸਰ 'ਚ ਛੋਟੇ ਛੋਟੇ ਮਹੱਲੇ 'ਚ ਨਾਲੀਆਂ ਹੁੰਦੀਆਂ, ਦੇਖੋ ਨਾ ਕੋਈ ਬੱਚਾ ਨਾਲੀ 'ਚ ਡਿੱਗ ਪਿਆ, ਕੋਈ ਠੀਪਾ ਡਿੱਗ ਪਿਆ ਕਿਸੇ ਦਾ, ਕੋਈ ਸ਼ਾਇਦ ਡਿੱਗ ਪਈ, ਇਹਦੇ ਵਾਸਤੇ ਤੁਸੀਂ ਕੀ ਕਰੋਗੇ, ਇਹ ਕੰਟਰੋਲ ਕਿਸ ਤਰ੍ਹਾਂ ਕਰੋਗੇ? ਮੈਂ ਕੀ ਕਰਾਂਗੀ, ਮੈਂ ਫਿਰ ਨਾਲੀਆਂ ਜਿਹੜੀਆਂ ਛੋਟੀ ਛੋਟੀਆਂ ਹੁੰਦੀਆਂ ਨੇ ਬਿਲਕੁਲ ਬੰਦ ਕਰਵਾ ਦੇਵਾਂਗੀ। ਇੱਕ ਤਾਂ ਇਹਨਾਂ ਦਾ ਗੰਦ ਬਹੁਤ ਪੈਂਦਾ ਹੈ, ਦੂਸਰੀ ਗੱਲ ਹੈਗੀ ਹੈ ਕਿ ਵੀ ਇਹ ਵੈਸੇ ਵੀ ਅੱਛੀਆਂ ਨਹੀਂ, ਕਿਉਂਕਿ ਮਾਸੂਮ ਬੱਚੇ ਬਾਹਰ ਖੇਡਦੇ ਨੇ, ਕਦੀ ਮਾਂ ਨੂੰ ਨਹੀਂ ਵੀ ਪਤਾ ਲੱਗਦਾ ਮੇਰਾ ਪੁੱਤਰ ਬਾਹਰ ਗਿਆ। ਬਿਲਕੁਲ ਸਹੀ, ਬੱਚਾ ਮਾਸੂਮ ਹੁੰਦਾ, ਨਾਲੀ 'ਚ ਡਿੱਗ ਪਵੇ ਤਾਂ ਵੀ ਕੰਮ ਖਰਾਬ ਹੁੰਦਾ। ਬਿਲਕੁਲ, ਮੈਂ ਸੀਵਰ ਪਾਵਾਂਗੀ, ਠੀਕ ਹੈ ਕਿ ਨਹੀਂ, ਵੱਡੇ ਵੱਡੇ ਗੱਟਰ ਬਣਾਵਾਂਗੇ ਤਾਂ ਕਿ ਸਾਰਾ ਪਾਣੀ ਉਸ ਗੱਟਰਾਂ ਦੇ ਵਿੱਚ। ਵੈਰੀ ਗੁੱਡ ਮੈਡਮ, ਤੁਸੀਂ ਬਹੁਤ ਅੱਛਾ ਫੈਸਲਾ ਕੀਤਾ। ਅੱਛਾ, ਅਗਰ ਬੱਚੇ ਕਿਸੇ ਦੀ ਗੇਂਦ ਡਿੱਗ ਪੈਂਦੀ ਗੱਟਰ 'ਚ ਤਾਂ ਤੁਸੀਂ ਉਹ ਵੀ ਕੱਢ ਕੇ ਦਿਓਗੇ? ਮੈਂ ਕੋਈ ਕੱਢ ਕੇ ਦੇਵਾਂ, ਮੈਂ ਜੰਮਿਆ ਉਹਨੂੰ, ਹੈ ਜਿਹਨਾਂ ਨੇ ਜੰਮਿਆ ਉਹ ਉਹਨੂੰ ਗੱਟਰ ਗੇਂਦ ਕੱਢ ਕੇ ਦੇਣ, ਮੈਂ ਗੇਂਦ ਕੱਢਣ ਜਾਵਾਂ ਮੇਰੀ ਬਾਜ਼ੀ ਲੱਗ ਜਾਵੇ, ਖਵਾਜਾ ਸਰਾ ਪਤਾ ਲੱਗਾ ਜੀ 1.5 ਸਾਲ ਬਾਅਦ ਫੁੱਲੇ ਹੀ ਹੋਈ ਲਾਸ਼ ਉੱਤੋਂ ਮਿਲ ਜਾਵੇ ਫਿੱਟੇ ਮੂੰਹ ਦੇ ਉੱਤੇ, ਕਿਹੜੇ ਕੰਮ ਲਾਉਣੇ ਆ? ਤੁਹਾਨੂੰ ਉਹਨਾਂ ਨੇ ਵੋਟਾਂ ਦੇ ਕੇ ਕਾਮਯਾਬ ਕੀਤਾ, ਕਾਮਯਾਬ ਕੀਤਾ ਤਾਂ ਜੇ ਮੈਂ ਨਾ ਹੁੰਦੀ ਤਾਂ ਅਗਲੇ ਨੂੰ, ਦੂਸਰੇ ਨੇ ਵੀ ਤਾਂ ਕਾਮਯਾਬ ਹੋਣਾ ਹੀ ਸੀ, ਮੈਂ ਇਕੱਲੀ ਨੇ ਤਾਂ ਨਹੀਂ ਨਾ ਹੋਣਾ ਸੀ। ਚਲੋ ਖੈਰ। ਅੱਛਾ ਮੈਡਮ, ਇੱਕ ਹੋਰ ਕਿ ਫੰਕਸ਼ਨ ਆ ਰਿਹਾ ਵਾ ਮੇਰਾ ਸਪੈਸ਼ਲ ਜ਼ਾਤੀ ਫੰਕਸ਼ਨ, ਅੱਛਾ ਸਾਡੇ ਵਾਸਤੇ ਕੋਈ ਫੇਵਰ ਹੋ ਜਾਏਗੀ, ਕੋਈ ਮੁਹੱਬਤ ਹੋ ਜਾਏਗੀ? ਤੇਰੇ ਤੋਂ ਮੈਂ ਦੇਸ਼ ਕੀ ਵੀ ਸਾਲਣ ਪਕਾ ਲਵਾਂ ਤਾਂ ਕਿੱਡੇ ਕਿੱਡੇ ਬਾਈ ਤੇ ਭੁਗਤ ਜਾਣੇ। ਮੈਡਮ ਮੈਂ ਉਹ ਨਹੀਂ ਕਹਿ ਰਿਹਾ, ਤੁਸੀਂ ਤਾਂ ਡਾਂਸ ਕਰਨਾ, ਟੀਮ ਲੈ ਕੇ ਆਉਣੀ ਪੂਰੀ ਆਪਣੀ। ਅੱਛਾ ਅੱਛਾ ਅੱਛਾ, ਹਾਂ ਤੁਸੀਂ ਬਾਹਰ ਕਿਤੇ ਡਾਂਸ ਕੀਤਾ? ਸ਼ਾਦੀ ਨਹੀਂ ਹੋਈ ਹੈਗੀ? ਨਹੀਂ, ਸ਼ਾਦੀ ਹੋਈ ਆ, ਇੱਕ ਦੋਸਤ ਦੀ ਸ਼ਾਦੀ ਆ ਰਹੀ, ਮੈਂ ਉੱਥੇ ਬੁਲਾਉਣਾ ਚਾਹੁੰਦਾ ਤਾਂ। ਅੱਛਾ ਅੱਛਾ, ਤੁਸੀਂ ਦੋਸਤ ਸ਼ਾਦੀ ਤੇ ਜਾਣਾ? ਜੀ 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 ਜੀ, ਕੋਈ ਐਸੀ ਗੱਲ ਨਹੀਂ, ਤੇ ਮੈਨੂੰ ਜਦੋਂ ਸ਼ਾਦੀ ਹੋਵੇ ਦੱਸ ਦੇਣਾ ਤੁਸੀਂ। ਤਾਂ ਬਸ ਸ਼ਾਦੀ ਆ ਰਹੀ ਕਰਨਾ ਸੀ, ਡਾਂਸ ਦਿਖਾ ਜੀ, ਜਿਸ ਗਾਣੇ ਤੋਂ ਕਹੋਗੇ ਉਸ ਗਾਣੇ ਤੇ ਡਾਂਸ ਕਰ। ਵੈਰੀ ਗੁੱਡ। ਕਦੀ ਸ਼ਹਿਰੋਂ ਬਾਹਰ ਡਾਂਸ ਕਰਨ ਗਏ? ਹਾਂਜੀ, ਸ਼ਹਿਰੋਂ ਬਾਹਰ ਡਾਂਸ ਕਰਨ ਗਏ? ਸ਼ਹਿਰੋਂ ਬਾਹਰ ਡਾਂਸ ਕਰਨ ਗਏ ਆ, ਸ਼ਹਿਰੋਂ ਬਾਹਰ ਕਿਹੜੀ ਪਾਉਂਦੀ ਹੈ ਵੀ ਕਤਲ ਹੋ ਜਾਂਦਾ ਬੰਦਾ ਬਾਹਰ ਗਿਆ। ਨਹੀਂ, ਮੈਂ ਤੁਹਾਨੂੰ ਪੁੱਛ ਰਿਹਾ, 2 ਸਾਲ ਵਾਸ ਦੇ ਅੰਦਰ ਹੋ ਜਾਂਦਾ ਜਿਹੜੇ ਜ਼ਿਲ੍ਹੇ ਤੋਂ ਬਾਹਰ ਗਾਣਾ ਕਰਦੀ ਹੈ, ਪੁੱਠੀ ਗੱਲ ਕਰੀ ਜਾਂਦੇ ਵੀ ਜਿੱਥੇ ਮਰਜ਼ੀ ਲੈ ਜਾਓ ਗਾਣੇ ਕਰਾਉਣਾ ਹੈ, ਜਿੱਥੇ ਹਰ ਜਗ੍ਹਾ ਡਾਂਸ ਕਰ ਸਕਦੇ ਤੁਸੀਂ? ਹਰ ਜਗ੍ਹਾ ਕਰ ਲਈਦਾ। ਤੁਸੀਂ ਬਿਜਲੀ ਦੀ ਤਾਰ 'ਤੇ ਡਾਂਸ ਕਰ ਸਕਦੇ? ਤੁਸੀਂ ਮੇਰਾ ਡਾਂਸ ਵੇਖਣਾ ਜਾਂ ਬਿੱਲੀ ਦਾ ਵੇਖਣਾ ਜਾਂ ਚੂਹੇ ਦਾ ਵੇਖਣਾ ਵੀ ਜਿਹੜੀ ਤਾਰ 'ਤੇ ਲੰਘ ਜਾਣੇ? ਮੇਰਾ ਜਿਸਮ ਹੈ ਤਾਰ 'ਤੇ ਲੰਘਣ ਵਾਲਾ, ਮੈਨੂੰ ਤੂੰ ਲੱਗੀ ਰਾਣੀ ਸਰਕਟ 'ਚ ਵੇਖ ਲਿਆ ਵੀ ਸਰਕਟ 'ਚ ਵੇਖ ਲਿਆ ਤੂੰ ਮੈਨੂੰ, ਨਿੱਕੀ ਜਿਹੀ ਸਾਈਕਲ ਲੈ ਕੇ ਮੈਂ ਕਰਦੀ ਬਕਵਾਸ ਆਪਣੀ ਬੰਦ ਕਰ। ਨਹੀਂ, ਤੁਸੀਂ ਕਿਹਾ ਨਾ ਮੈਂ ਹਰ ਜਗ੍ਹਾ ਡਾਂਸ, ਹਰ ਜਗ੍ਹਾ ਡਾਂਸ ਕਰ, ਤਾਰ 'ਤੇ ਤਾਂ ਨਹੀਂ ਨਾ ਕਰਦੀ ਹੈਗੀ। ਅੱਛਾ, ਅੰਡਰ ਪਾਸ 'ਚ ਠੁਮਕਾ ਲਾ ਸਕਦੇ ਹੋ ਤੁਸੀਂ? ਵੇਲਾ ਖਿਲਾਣਾ ਤਾਂ ਦਿੱਤੇ, ਮੈਂ ਅੰਡਰ ਪਾਸ ਦੇ ਵਿੱਚ ਡਾਂਸ ਕਰਾਂ, ਉੱਧਰੋਂ ਬੱਸ ਆਵੇ ਤਾਂ ਮੈਨੂੰ ਚੁੱਕ ਸ਼ਾਹ ਕੋਲ ਲੈ ਜਾਵੇ, ਨਾ ਮੇਰਾ ਠੁਮਕਾ ਲੱਭੇ ਨਾ ਮੈਂ ਲੱਭਾਂ, ਵੀ ਤੇ ਕੋਈ ਖਤਰਨਾਕ ਪ੍ਰੋਗਰਾਮ ਆ ਤੇ ਕੋਈ ਚੰਗਾ ਪ੍ਰੋਗਰਾਮ ਨਹੀਂ ਹੈਗਾ। ਹੈ ਨਹੀਂ, ਚੰਗਾ ਪ੍ਰੋਗਰਾਮ ਹੈ ਮੈਡਮ, ਚੰਗਾ ਹੈ ਇਹ, ਸਾਨੂੰ ਅੰਡਰ ਪਾਸ ਦੇ ਵਿੱਚ ਡਾਂਸ ਕਰਵਾਈ ਜਾਣ ਡਿਆ। ਮੈਡਮ ਤੁਸੀਂ ਡਾਂਸ ਹੀ ਕਰਨਾ ਨਾ? ਲੈ ਡਾਂਸ ਹੀ ਕਰਨਾ ਹੈ, ਸਾਡਾ ਡਾਂਸ ਇੰਨਾ ਫਜ਼ੂਲ ਆ, ਕੱਲ੍ਹ ਤੂੰ ਕਹੇ ਕੰਨ 'ਤੇ ਡਾਂਸ ਕਰ। ਨਹੀਂ, ਕੰਨ 'ਤੇ ਨਾ ਕਰੋ, ਤੁਸੀਂ ਚਿੱਕੜ 'ਚ ਡਾਂਸ ਕਰ ਲਓਗੇ? ਚਿੱਕੜ 'ਚ ਕੀ ਕਰਨਾ ਹੈ, ਚਿੱਕੜ ਤੇਰੇ ਦਾਦੇ ਦੀ ਕਬਰ 'ਤੇ ਲਿਪਣਾ ਹੈ ਵੀ ਤੇ ਉਹਦੇ ਮੂੰਹ 'ਤੇ ਲਿਪਣਾ ਹੈ, ਅਸੀਂ ਕਹਾਣੀ ਟਾਈਪ ਕਰਨਾ ਹੈ, ਚਿੱਕੜ ਕਰੀ ਜਾ ਰਿਹਾ, ਪਤਾ ਨਹੀਂ ਤੂੰ ਕਿਹੜੇ ਮਾੜੇ ਪਿੰਡ 'ਚ ਰਹਿੰਦਾ, ਤੈਨੂੰ ਅਜੇ ਵੀ ਚਿੱਕੜ ਯਾਦ ਹੈ? ਤੁਸੀਂ ਕਹਿੰਦੇ ਜਿਹੜੇ ਸ਼ਹਿਰ 'ਚ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈਗਾ, ਪੜ੍ਹੇ ਲਿਖੇ ਮੁੰਡੇ ਆ ਚਿੱਕੜ ਕਹਿੰਦੇ ਕਿਹਨੂੰ, ਚਿੱਕੜ ਤਾਂ ਉਹਨਾਂ ਨੂੰ ਪਤਾ ਜਿਹੜੇ ਪਿੰਡਾਂ ਦੇ ਆ, ਤੂੰ ਪਤਾ ਨਹੀਂ ਕਿਹੜੇ ਪਿੰਡ ਦੀ ਸੁਗਾਤ ਆ ਗੱਲਾਂ ਕਰਨ ਡਿਆ, ਮੈਂ ਤੈਨੂੰ ਪੜ੍ਹਿਆ ਲਿਖਿਆ ਸਮਝਣ ਨਹੀਂ ਹੈ, ਚਿੱਕੜ ਕਹੀ ਜਾਂਦਾ, ਚਿੱਕੜ ਤੇ ਉਹ ਕਹਿੰਦੇ ਨੇ ਜਿਹੜੇ ਬਾਬੇ ਹੁੰਦੇ ਬਜ਼ੁਰਗ ਹੁੰਦੇ ਆ। ਚਲੋ ਛੱਡੋ, ਤੁਸੀਂ ਫਾਟਕ 'ਤੇ ਡਾਂਸ ਕਰ ਸਕਦੇ? ਉੱਥੇ ਤਾਂ ਕਿਹੜੀ ਤੇਰੀ ਨਾਨੀ ਦੀ ਲਾਸ਼ ਆਉਣੀ ਹੈ ਵੀ ਉੱਥੇ ਲਾਸ਼ ਆਉਣੀ ਹੈ ਟ੍ਰੇਨ ਦੇ ਵਿੱਚ, ਤਾਂ ਮੈਂ ਪਹਿਲਾਂ ਡਾਂਸ ਕਰਨਾ? ਦੇਖੋ ਨਾ, ਇਹਦੇ ਕਰਨਾ ਜਦੋਂ ਟ੍ਰੇਨ ਲੰਘੇਗੀ ਉਹ ਕਰਕੇ ਠਪਕ ਠਪਕ ਤੁਸੀਂ ਨਾਲ ਲੱਗੇ ਠੁਮਕੇ ਲਾਇਓ। ਆ ਦੇਖੋ ਨਾ, ਟ੍ਰੇਨ 'ਤੇ ਕਦੀ ਡਾਂਸ ਕੀਤਾ ਪਹਿਲੇ? ਵੈਸੇ ਟ੍ਰੇਨ 'ਤੇ ਸਫ਼ਰ ਕੀਤਾ ਮੈਂ, ਡਾਂਸ ਨਹੀਂ ਕੀਤਾ? ਡਾਂਸ ਨਹੀਂ ਕੀਤਾ। ਇਹ ਤੁਸੀਂ ਕੀ ਕੀਤਾ? ਤੁਹਾਨੂੰ ਚਾਹੀਦਾ ਟ੍ਰੇਨ 'ਤੇ ਵੀ ਡਾਂਸ ਕਰੋ ਜ਼ਰਾ। ਅੱਛਾ, ਇਹ ਤਜਰਬਾ ਹੀ ਆ ਨਵਾਂ। ਚੁੱਪ ਗੱਲ ਗੱਲ ਕਰ, ਚੁੱਪ ਗੱਲ ਗੱਲ ਕਰ, ਚੁੱਪ ਇੱਦਾਂ ਕਰ। ਹਾਂ, ਇੱਦਾਂ ਇੱਦਾਂ ਕਰੋ। ਅੱਛਾ, ਫਿਟੇ ਮੂੰਹ ਤੇਰਾ ਘੱਟਦਾ ਨਹੀਂ, ਅੱਗੋਂ ਕਹਿੰਦਾ ਇੱਦਾਂ ਡਾਂਸ ਕਰੋ।
ਤੇ ਮੈਡਮ ਤੁਸੀਂ ਡਾਂਸ ਹੀ ਕਰਨਾ। ਆਪਣੀ ਬਕਵਾਸ ਬੰਦ ਕਰ, ਮੈਂ ਤੈਨੂੰ ਦੱਸ ਦਵਾਂ, ਮੈਂ ਤੇਰੇ ਮੂੰਹ ਵੱਲ ਵੇਖੀ ਜਾਣ ਨਹੀਂ ਹੈ। ਤੂੰ ਇਸ ਵਾਸਤੇ ਮੈਨੂੰ ਬੁਲਾਇਆ ਸੀ, ਕਰੀ ਤੂੰ ਤਾਰ 'ਤੇ ਸਾਨੂੰ ਡਾਂਸ ਕਰਾਉਣ ਡਿਆ, ਕਰੀ ਤੂੰ ਗੇਂਦ ਚੁੱਕ, ਮੈਨੂੰ ਇਸ ਵਾਸਤੇ ਬੁਲਾਇਆ ਸੀ। ਅੱਛਾ ਸੌਰੀ, ਆਪਣੀ ਜ਼ਬਾਨ ਤੇ ਕੰਟਰੋਲ ਕਰ। ਸੌਰੀ ਮੈਡਮ, ਮੈਂ ਤੈਨੂੰ ਉਦੋਂ ਵੀ ਕਿਹਾ ਸੀ ਕਿ ਮੇਰੇ ਨਾਲ ਐਸੀ ਫਜ਼ੂਲ ਗੁਫ਼ਤਗੂ ਨਾ ਕਰੇ। ਕੋਮਲ ਜੀ ਸੌਰੀ, ਕੋਮਲ ਜੀ ਬਕਵਾਸ ਕਰ ਰਿਹਾ ਆ, ਚੱਲ ਆਪਣੇ ਚੁੱਕਾ ਹੱਲ ਲੜਕੇ ਨੂੰ ਕੇ ਜੇ ਇੱਥੋਂ ਜਾ ਕੇ ਲੈ ਕੇ ਕਿਸੇ ਹੋਰ ਨੂੰ ਜਾ ਕੇ ਗੱਲ ਸੁਣਾ। ਆਖਰੀ ਸਵਾਲ, ਆਖਰੀ ਸਵਾਲ ਕਿਉਂ, ਕੀ ਗੱਲ ਮਰਨ ਲੱਗਾ ਵੀ ਹੁਣ ਤੇ ਬੱਸ ਲੰਘਣ ਲੱਗੀ ਆ। ਕੋਮਲ ਜੀ ਤੈਨੂੰ ਚੁੱਕ ਕੇ ਲੈ ਜਾਣਾ ਬੰਦਿਆਂ ਨੇ, ਪਲੀਜ਼। ਇਹ ਸਾਰੀ ਆਡੀਅੰਸ ਦੇਖ ਰਹੀ, ਆਡੀਅੰਸ ਵੀ ਖੜੀ, ਆਡੀਅੰਸ ਨੂੰ ਪਤਾ ਹੈਗਾ ਵੀ ਇੱਕ ਕਿਧਰਾ ਕੱਦ ਕਿੱਠਾ, ਉੱਥੇ ਸਵਾਲ ਤੂੰ ਉੱਦਾਂ ਦੇ ਕਰੀ ਜਿਹੜੇ ਸਵਾਲ ਤਾਂ ਅੱਛੇ ਕਰ। ਨਾਜ਼ਰੀਨ ਆਖਰੀ ਸਵਾਲ, ਜ਼ਰਾ ਨਾਰਾਜ਼ ਹੋ ਗਏ ਕੋਮਲ ਜੀ, ਮੈਂ ਤੁਹਾਡੇ ਕੋਲ ਮਾਫੀ ਚਾਹੁੰਦਾ। ਨਹੀਂ, ਮੈਂ ਉਹਨਾਂ ਵਾਸਤੇ ਨਾਰਾਜ਼ ਨਹੀਂ ਹੈ ਕਿ ਮੇਰੀ ਜਾਨ ਵੀ ਉਹਨਾਂ ਵਾਸਤੇ ਹਾਜ਼ਰ, ਤੇਰੀ ਮੈਂ ਗੱਲ ਕਰ ਰਹੀ ਹਾਂ, ਕੈਸਾ ਕੁੱਤੇ ਦੇ ਪੈਰ ਵਰਗਾ ਮੂੰਹ ਆ ਤੇਰਾ। ਕੋਮਲ ਜੀ ਕਦੀ ਜ਼ਿੰਦਗੀ ਚ ਐਸਾ ਕਿ ਤੁਸੀਂ ਛੱਤ ਤੇ ਡਾਂਸ ਕੀਤਾ? ਛੱਤ ਤੇ ਡਾਂਸ ਕੀਤਾ ਆ, ਕਿੰਨੇ ਈਵੈਂਟ ਜਿਹੜੇ ਛੱਤ ਤੇ ਹੁੰਦੇ ਆ। ਹਾਂ, ਕਦੀ ਇਸ ਤਰ੍ਹਾਂ ਵੀ ਤੁਸੀਂ ਠੁਮਕਾ ਲਾਇਆ ਛੱਤ ਤੇ ਡਾਂਸ ਕਰਦੇ, ਪੈਰ ਥੱਲੇ ਨਿਕਲ ਗਿਆ, ਬਾਲਾ ਟੁੱਟ ਗਿਆ, ਤੁਸੀਂ ਥੱਲੇ ਲਮਕ ਗਏ ਐਂ ਕਰਕੇ, ਫਨੂਸਾਂ ਨੂੰ ਲਮਕੇ ਕਮਰੇ 'ਚ। ਕਿੱਡਾ ਕੁ ਗਰੀਬ ਆ ਤੂੰ, ਹੈ ਕਿੰਨਾ ਗਰੀਬ ਆ, ਤੈਨੂੰ ਛੱਤ ਵੀ ਯਾਦ ਆ ਵੀ ਕਿਹੜੀ ਛੱਤ ਵਿੱਚੋਂ ਪੈਰ ਜਿਹੜਾ ਥੱਲੇ ਆ ਜਾਂਦਾ, ਕਿੰਨਾ ਕੁ ਗਰੀਬ। ਇਹ ਮੇਰਾ ਸਵਾਲ ਹੈ, ਸ਼ਹਿਰ ਦੇ ਬੰਦਿਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ, ਇਹ ਸਵਾਲ ਦਾ ਵੀ ਨਹੀਂ ਪਤਾ ਸ਼ਹਿਰ ਦੇ ਬੰਦਿਆਂ ਨੂੰ। ਕੋਮਲ ਜੀ, ਤੁਸੀਂ ਨਾਰਾਜ਼ ਨਾ ਹੋਵੋ, ਮੇਰੇ ਸਵਾਲ ਦਾ ਜਵਾਬ ਦਿਓ। ਐਸਾ ਕਦੀ ਹੋਇਆ ਨਹੀਂ ਹੈ, ਜਦੋਂ ਵੀ ਗਏ ਆ ਉੱਥੇ ਗਏ ਜਿੱਥੇ ਲੈਂਟਰ ਸ਼ੈਂਟਰ ਪਾਇਆ ਹੋਵੇ, ਟੀਅਰ ਗਾਰਡਰ ਜੇ ਉਹ ਮਜ਼ਬੂਤ ਛੱਤ ਹੋਵੇ, ਅੱਛਾ ਡਾਂਸ ਅਸੀਂ ਕਰ। ਅੱਛਾ, ਤੁਹਾਨੂੰ ਫੰਕਸ਼ਨ 'ਚ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਕੁ ਪੈਸੇ ਹੋਏ ਨੇ ਇੱਕ? ਮੈਂ ਤਾਂ 10-10 ਲੱਖ ਵੀ ਲੈ ਕੇ ਆਈ। ਅੱਛਾ, ਇਹਨਾਂ ਕੋ ਬੋਰਾ ਹੀ ਭਰਿਆ ਪੈਸਿਆਂ ਦਾ? ਹਾਂਜੀ। ਕਦੀ ਜ਼ਿੰਦਗੀ 'ਚ ਐਸਾ ਵੀ ਤੁਸੀਂ 10 ਲੱਖ ਰੁਪਇਆ ਇਕੱਠਾ ਕੀਤਾ, ਗੱਡੀ 'ਚ ਰੱਖਿਆ, ਘਰ ਆ ਕੇ ਗਿਣਿਆ, ਸਾਰਾ ਗਿਣਨ ਤੋਂ ਬਾਅਦ ਪਤਾ ਲੱਗਿਆ ਸਾਰਾ ਹੀ ਜਾਲੀ ਆ? ਨਹੀਂ, ਸਾਰਾ ਜਾਲੀ ਕਿਉਂ, ਕੀ ਗੱਲ, ਮੈਂ ਅੱਖਾਂ ਬਾਅਦ 'ਚ ਪਵਾਈਆਂ। ਨਹੀਂ, ਮੇਰਾ ਇੱਕ ਸਵਾਲ ਲੈ, ਅਸੀਂ ਤਾਂ ਜੇ ਪੈਸਾ ਤੂੰ ਦੇ ਸਾਡੇ ਉੱਤੋਂ ਸਿਰ ਤੇਰੇ ਹੱਥ 'ਚ ਦੱਸਦੀ ਹੈ ਜਾਲੀ ਹੈ ਕਿ ਅਸਲ। ਅੱਛਾ ਜੀ, ਸਾਡਾ ਇੰਨਾ ਸਟੈਮਿਨਾ ਹੋਇਆ, ਇੰਨਾ ਤਜਰਬਾ ਹੋਇਆ, ਕਦੀ ਇੱਦਾਂ ਹੋਇਆ ਉਹ ਡਾਂਸ ਕਰਦਾ ਕਿਸੇ ਨੇ ਠੀਪਾ ਮਾਰਿਆ ਤੁਹਾਡੇ ਮੂੰਹ 'ਚ ਲੰਘ ਗਿਆ ਸਿੱਧਾ ਹੀ? ਆਪਣੀ ਬਕਵਾਸ ਬੰਦ ਕਰ, ਸਮੇਂ ਲੱਗੇਗੀ ਨਹੀਂ। ਅੱਛਾ ਕੋਮਲ ਜੀ, ਕਦੀ ਇਸ ਤਰ੍ਹਾਂ ਵੀ ਤੁਸੀਂ ਖੁੱਲ੍ਹੇ ਮੈਦਾਨ 'ਚ ਡਾਂਸ ਕਰਨ ਡਏ, ਉੱਥੇ ਤੁਹਾਡੇ ਸਮਾਨੇ ਬਿਜਲੀ ਪੈ ਗਈ, ਕਦੀ ਹੋਇਆ ਇੱਦਾਂ? ਬਿਜਲੀ ਤੇਰੇ ਜੰਮਣ ਵਾਲਿਆਂ ਨੂੰ ਪੈਣ, ਬਿਜਲੀ ਤੈਨੂੰ ਪਵੇ, ਤੇਰੇ ਸਿਆਣਿਆਂ ਨੂੰ ਬਿਜਲੀ ਪਵੇ, ਤੇਰੀ ਮਾਂ ਨੂੰ ਬਿਜਲੀ ਪਵੇ, ਮੈਨੂੰ ਕੋਈ ਬਿਜਲੀ ਪਵੇ? ਹੈ ਕੋਈ ਖੈਰ ਦੀ ਗੱਲ ਕਰ, ਲੱਖ ਲਾਨਤ ਆ, ਮੈਂ ਇਸੇ ਵਜ੍ਹਾ ਤੋਂ ਤੇਰੇ ਪ੍ਰੋਗਰਾਮ 'ਚ ਨਹੀਂ ਸੀ ਆਉਂਦੀ, ਇਸੇ ਵਜ੍ਹਾ ਤੋਂ ਨਹੀਂ ਸੀ ਆਉਂਦੀ ਹੈ ਜੀ, ਤੁਸੀਂ ਬਕਵਾਸ ਕਰਨੇ ਆ। ਹੈ ਅੱਲਾ ਜ਼ਿੰਦਗੀ ਕਰੇ ਮੇਰੀ, ਮੇਰੀ ਦੁਆ ਕਰ, ਤੂੰ ਬਿਜਲੀ ਸਾਨੂੰ ਤਾਰਾਂ ਫੜਾਉਣ ਡਿਆ ਆ, ਬਕਵਾਸ ਕਰਦਾ ਆ, ਚੱਲ ਚੁੱਕ ਆਪਣੇ ਇੱਥੋਂ, ਬੜਾ ਮੈਂ ਵੇਖ ਲਿਆ ਤੈਨੂੰ ਕੋਮਲ ਜੀ, ਮੈਂ ਤੈਨੂੰ ਕਹਿੰਦਾ ਤੁਸੀਂ ਆਪਣੀ ਬਕਵਾਸ ਬੰਦ ਕਰ ਕੋਮਲ ਜੀ, ਮੈਂ ਤੇਰੇ ਮੂੰਹ ਵੱਲ ਵੇਖੀ ਜਾਣ ਡਈ ਆ, ਕਦੀ ਬਿਜਲੀ ਦੀ ਗੱਲ ਕਰੇ, ਕਦੀ ਗੇਂਦ ਦੀ ਗੱਲ ਕਰੇ, ਤੈਨੂੰ ਸ਼ਰਮ ਨਹੀਂ ਆਉਂਦੀ ਇਹ ਗੱਲਾਂ ਕਰਨ ਵਾਲੀਆਂ? ਹੈ ਤੇਰੀਆਂ, ਚੱਲ ਚੁੱਕ ਇੱਥੇ ਸਾਰਾ ਕੁਛ ਆਪਣਾ, ਮੈਂ ਤੇਰੇ ਮੂੰਹ ਦੇਖਦੀ ਕਿੱਦਾਂ ਕੋਮਲ ਜੀ, ਕੋਮਲ ਜੀ ਦੇਖਦਾ ਕਿੱਦਾਂ, ਦੇਖਦਾ ਕਿੱਦਾਂ ਬਕਵਾਸ ਕਰ ਰਿਹਾ ਹੈ? ਕੋਮਲ ਜੀ, ਤੁਸੀਂ ਮੇਰਾ ਚਪੇੜੀ ਮਾਰਦੇ ਹੋ, ਕੀ ਗੱਲ ਆ, ਮੈਨੂੰ ਮੈਨੂੰ ਵੀ ਗੱਲ